ਜਸ ਕਲਬਾ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਨਸ ਅਗੇਨ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇਸ ਸੀਟ 'ਤੇ ਬਿਠਾਇਆ ਹੋਇਆ ਇਹ ਰੋਲ ਦਿੱਤਾ ਹੋਇਆ ਯੂ ਨੋ ਇਹ ਇੱਕ ਫਰਜ਼ ਨਿਭਾਉਣ ਨੂੰ ਤੁਸੀਂ ਟਰੱਸਟ ਕਰਦੇ ਹੋ ਮੈਨੂੰ ਕਿਉਂਕਿ ਇਹਦੇ ਦੁਆਰਾ ਬਹੁਤ ਸਾਰੇ ਐਸੇ ਕੁਐਸਚਨਸ ਆਉਂਦੇ ਆ ਜਿਹੜੇ ਕਈ ਵਾਰੀ ਸੋਚੇ ਵੀ ਨਹੀਂ ਹੁੰਦੇ ਯੂ ਨੋ ਦੇ ਆਰ ਵੈਰੀ ਯੂਨੀਕ ਅੱਜ ਦਾ ਸਵਾਲ ਵੀ ਇੱਕ ਮੈਨੂੰ ਲੱਗਦਾ ਹੈ ਕਿ ਕੁਛ ਹੱਦ ਤੱਕ ਯੂਨੀਕ ਹੈ ਰੇਅਰ ਹੈ ਬੜਾ ਬੜੀ ਯੰਗ ਕੁੜੀ ਸਵਾਲ ਕਰ ਰਹੀ ਹੈ ਕੁਛ ਦੇਰ ਤੋਂ ਈਮੇਲਸ ਕਰ ਰਹੀ ਸੀ ਡਿਟੇਲਸ ਵਿੱਚ ਥੋੜ੍ਹਾ ਯੂ ਨੋ ਪਹਿਲੀ ਈਮੇਲ ਦੇ ਵਿੱਚ ਇਸ ਤਰ੍ਹਾਂ ਜਿਵੇਂ ਕਈ ਵਾਰੀ ਐਕਸਟੈਂਡਡ ਫੈਮਲੀਜ਼ ਜਿਹੜੀ ਰਿਲੇਸ਼ਨਸ਼ਿਪ ਸਮਝਾਉਣ ਲੱਗਦਾ ਨਾ ਕੋਈ ਅਤੇ ਉਹ ਥੋੜ੍ਹੇ ਕਨਫਿਊਜ਼ਿੰਗ ਹੋ ਜਾਂਦੇ ਹੈ ਸੋ ਫਾਈਨਲੀ ਗੱਲਬਾਤ ਕੀਤੀ ਉਸ ਤੋਂ ਪਤਾ ਲੱਗਿਆ ਅਤੇ ਜੋ ਉਹਦੇ ਮਨ ਦਾ ਖਿਆਲ ਹੈ ਉਹ ਅੱਜ ਸ਼ੇਅਰ ਕਰਾਂਗੀ ਔਰ ਤੁਸੀਂ ਪਲੀਜ਼ ਜ਼ਰੂਰ ਯੂ ਨੋ ਕਾਲ ਮਿਲਾ ਲਓ ਜ਼ਰੂਰ ਦੱਸੋ ਉਸ ਕੁੜੀ ਨੂੰ ਕਿ ਤੁਹਾਨੂੰ ਕੀ ਲੱਗਦਾ ਹੈ ਇਸ ਸਿਚੁਏਸ਼ਨ ਦੇ ਵਿੱਚ ਥੋੜ੍ਹੀ ਰੇਅਰ ਸਿਚੁਏਸ਼ਨ ਹੈ ਬੜੇ ਕੋਇੰਸੀਡੈਂਸਿਸ ਨਾਲ ਲੱਗਦਾ ਹੈ ਜਿਵੇਂ ਬਣੀ ਹੋਈ ਕਿਉਂਕਿ ਸ਼ੀ ਸੇਜ਼ ਕਿ ਸ਼ੀ ਮੈਟ ਅ ਬੋਏ ਕਿਤੇ ਅਕਰੋਸ ਕੰਟਰੀ ਕਿਸੇ ਕਾਨਫਰੰਸ 'ਤੇ ਗਈ ਹੈ ਉਸ ਤੋਂ ਬਾਅਦ ਕਾਨਫਰੰਸ ਤੋਂ ਬਾਅਦ ਦੋ ਤਿੰਨ ਦਿਨ ਉਹਦੀ ਛੁੱਟੀ ਮਨਾਉਣ ਵਾਸਤੇ ਫਰੈਂਡਸ ਵਗੈਰਾ ਨੂੰ ਮਿਲੀ ਹੈ ਐਂਡ ਕਿਸੇ ਫਰੈਂਡ ਦੇ ਥਰੂ ਇੱਕ ਮੁੰਡੇ ਨੂੰ ਮਿਲੀ ਸਾਲ ਹੋ ਗਿਆ ਉਸ ਚੀਜ਼ ਨੂੰ ਗੱਲਬਾਤ ਹਲਕੀ ਹੁਲਕੀ ਹੁੰਦੀ ਰਹੀ ਜੋ ਵੀ ਸੋਸ਼ਲ ਮੀਡੀਆ ਦੇ ਉੱਤੇ ਥੋੜ੍ਹਾ ਫਰੈਂਡਲੀ ਹੋਏ ਰੀਸੈਂਟਲੀ ਕੁਛ ਮਹੀਨੇ ਤੋਂ ਕਾਫੀ ਜ਼ਿਆਦਾ ਗੱਲਾਂ ਹੋਈਆਂ ਫੋਨ 'ਤੇ ਵੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਕਹਿੰਦੇ ਆਈ ਰੀਅਲੀ ਸਟਾਰਟਡ ਲਾਈਕਿੰਗ ਦ ਬੋਏ ਬਹੁਤ ਅੱਛਾ ਲੱਗ ਰਿਹਾ ਸੀ ਐਂਡ ਐਸੀ ਸਟੇਜ 'ਤੇ ਵੀ ਹੈ ਉਹ ਵੀ ਸ਼ੇਅਰ ਕਰ ਰਹੀ ਹੈ ਕਿ ਪੇਰੈਂਟਸ ਨੇ ਕਿਹਾ ਹੋਇਆ ਕਿ ਤੂੰ ਬਹੁਤ ਅੱਛਾ ਪੜ੍ਹ ਗਈ ਬੜੀ ਅੱਛੀ ਸਾਰਾ ਕੁਛ ਕਰ ਰਹੀ ਹੈ ਅਤੇ ਹੁਣ ਤੂੰ ਮੁੰਡਾ ਵੀ ਆਪਣੇ ਵਾਸਤੇ ਲੱਭ ਲੈ ਸੋ ਉਸ ਸਟੇਜ ਵਿੱਚ ਹੈ ਕਿ ਸ਼ੀ ਇਜ਼ ਔਨ ਦਾ ਲੁੱਕ ਆਊਟ ਫੋਰ ਅ ਸੀਰੀਅਸ ਰਿਲੇਸ਼ਨਸ਼ਿਪ ਵਿਚ ਕੈਨ ਰਿਜ਼ਲਟ ਇਨ ਅ ਮੈਰਿਜ ਕਿ ਯੂ ਨੋ ਕਿਸੇ ਨੂੰ ਜਾਣਨ ਦਾ ਮੌਕਾ ਮਿਲੇ ਔਰ ਉਸ ਤੋਂ ਬਾਅਦ ਉਹ ਵਿਆਹ ਕਰਾ ਸਕਦੀ ਹੈ ਸੋ ਸ਼ੀ ਸੇਜ਼ ਕਿ ਮੈਂ ਕਾਫੀ ਅੱਛਾ ਮੈਨੂੰ ਲੱਗ ਰਿਹਾ ਸੀ ਔਰ ਮੈਂ ਆਪਣੀ ਮਦਰ ਨੂੰ ਵੀ ਦੱਸਿਆ ਕਿ ਹਾਂ ਇੱਕ ਮੁੰਡਾ ਹੈ ਪਸੰਦ ਹੈ ਅੱਛਾ ਲੱਗ ਰਿਹਾ ਹੁਣ ਬਹੁਤ ਰੀਸੈਂਟਲੀ ਥੋੜ੍ਹਾ ਜਦੋਂ ਜ਼ਿਆਦਾ ਜਾਣਨ ਲੱਗੇ ਜ਼ਿਆਦਾ ਗੱਲਾਂ ਕਰਨ ਲੱਗ ਗਏ ਕਹਿੰਦੇ ਕਿ ਜ਼ਿਆਦਾ ਫੈਮਿਲੀ ਬਾਰੇ ਨਹੀਂ ਕੁਛ ਕਹਿੰਦਾ ਸੀ ਹਮੇਸ਼ਾ ਇਹ ਕਿ ਹਾਂ ਪੇਰੈਂਟਸ ਇਹ ਹੈ ਫਲਾਣਾ ਇਹ ਕਰ ਰਿਹਾ ਫਲਾਣਾ ਇਹ ਕਰ ਰਿਹਾ ਦੈਟਸ ਇਟ ਜ਼ਿਆਦਾ ਡਿਟੇਲਸ ਵਿੱਚ ਨਹੀਂ ਗਏ ਅਸੀਂ ਪੇਰੈਂਟਸ ਦੇ ਰੀਸੈਂਟਲੀ ਗੱਲ ਕਰਦੇ ਕਰਦੇ ਇਹ ਸਮਝ ਆਈ ਕਿ ਉਹ ਹੁਣ ਇਹਦੇ ਹਿਸਾਬ ਨਾਲ ਕਿ ਰਿਸ਼ਤਾ ਕੀ ਨਿਕਲ ਰਿਹਾ ਆਪਸ ਵਿੱਚ ਕਹਿੰਦੇ ਜਦੋਂ ਅਸੀਂ ਇਹ ਇੱਥੇ ਦੀ ਬੋਰਨ ਹੈ ਕੁੜੀ ਸੋ ਇਹਦੇ ਮਦਰ ਬਹੁਤ ਛੋਟੀ ਸੀ ਜਦੋਂ ਇੱਥੇ ਸ਼ਿਫਟ ਹੋਈ ਹੈ ਸੋਰੀ ਇਹਦੀ ਜਿਹੜੀ ਮਾਸੀ ਉਹ ਬਹੁਤ ਛੋਟੀ ਸੀ ਸ਼ਿਫਟ ਹੋਈ ਹੈ ਸਿੱਧਾ ਵਿਆਹ ਕੇ ਇੱਥੇ ਆਈ ਸੀ ਸੋ ਇਹਦੀ ਮਦਰ ਨੇ ਉਹ ਰਿਸ਼ਤਾ ਭੇਜਿਆ ਸੀ ਸੋ ਇਹ ਦੋਨੋਂ ਜਿਹੜੀਆਂ ਇਹਦੀ ਮਦਰ ਅਤੇ ਉਹਦੀ ਸਿਸਟਰ ਛੋਟੀ ਸਿਸਟਰ ਬੁੱਕ ਦੀ ਗੱਲ ਸ਼ੋਰਟਰ ਮੈਂ ਤੁਹਾਨੂੰ ਦੱਸਾਂ ਕਿਉਂਕਿ ਮੈਨੂੰ ਥੋੜ੍ਹਾ ਕੰਪਲੀਕੇਟ ਲੱਗਿਆ ਦ ਵੇ ਹੀ ਵਾਜ਼ ਟੈਲਿੰਗ ਲੈਟ ਮੀ ਟੈਲ ਯੂ ਕਿ ਇਹ ਕੁੜੀ ਦੀ ਜਿਹੜੀ ਮਦਰ ਹੈ ਉਹਦੀ ਜਿਹੜੀ ਛੋਟੀ ਸਿਸਟਰ ਹੈ ਉਹਨਾਂ ਦੀ ਆਪਸ ਵਿੱਚ ਬਿਲਕੁਲ ਜਦ ਤੋਂ ਉਹ ਆਏ ਕਪਲ ਆਫ ਈਅਰਸ ਬਿਫੋਰ ਇਵਨ ਕਿ ਇਹ ਕੁੜੀ ਦਾ ਬਰਥ ਹੋਏ ਉਸ ਤੋਂ ਪਹਿਲੇ ਉਹਨਾਂ ਦੀ ਬਿਲਕੁਲ ਟੁੱਟ ਗਈ ਕਿਉਂਕਿ ਹਸਬੈਂਡਸ ਦੀ ਨਹੀਂ ਬਣੀ ਸੋ ਕੰਟਰੀ ਦੇ ਦੂਜੇ ਪਾਸੇ ਰਹਿੰਦੇ ਰਹੇ ਪਰ ਆਪਸ ਵਿੱਚ ਕਦੀ ਕੋਈ ਮਿਲਣਾ ਜੁਲਣਾ ਕੁਛ ਨਹੀਂ ਪਰ ਉਹ ਜਿਹੜੀ ਦੂਸਰੀ ਇਹਦੀ ਮਾਸੀ ਹੈ ਮਾਸੀ ਦੂਜੀ ਜਗ੍ਹਾ ਵਿਆਹੀ ਹੋਈ ਸੀ ਮਤਲਬ ਜਿਹਦਾ ਉਹਦਾ ਹਸਬੈਂਡ ਹੈ ਉਹਦਾ ਹਸਬੈਂਡ ਦੀ ਸੈਕਿੰਡ ਮੈਰਿਜ ਸੀ ਪਰ ਹਸਬੈਂਡ ਦਾ ਜਿਹੜਾ ਪਹਿਲਾ ਬੱਚਾ ਹੈ ਪਹਿਲੀ ਵਾਈਫ ਤੋਂ ਬੱਚਾ ਹੈ ਉਹ ਇਹ ਮੁੰਡਾ ਨਿਕਲਿਆ ਸੋ ਇਟਸ ਲਿਟਲ ਸਰਪ੍ਰਾਈਜ਼ਿੰਗ ਪਰ ਇਹ ਕੁੜੀ ਉਸ ਉਹਦੇ 'ਚ ਪਈ ਹੋਈ ਹੈ ਔਰ ਕਹਿੰਦੀ ਮੈਂ ਮਦਰ ਨੂੰ ਵੀ ਦੱਸਿਆ ਹੁਣ ਮਦਰ ਔਰ ਮੈਨੂੰ ਦੋਨਾਂ ਨੂੰ ਇਹ ਪਤਾ ਹੈ ਇਹਨਾਂ ਦੇ ਫਾਦਰ ਨਹੀਂ ਰਹੇ ਮਤਲਬ ਗੁਜ਼ਰ ਚੁੱਕੇ ਨੇ ਪਰ ਓਵਰਆਲ ਫਾਦਰਸ ਕਰਕੇ ਇਹਨਾਂ ਦੀ ਆਪਸ ਵਿੱਚ ਲੜਾਈ ਰਹੀ ਕੁਛ ਹੋਰ ਵੀ ਇਸ਼ੂਜ਼ ਸੀਗੇ ਸੋ ਕਦੀ ਮਿਲਣਾ ਜੁਲਣਾ ਖਤਮ ਹੋ ਗਿਆ ਇੱਕ ਦੂਜੇ ਨਾਲ ਯੂ ਨੋ ਨੈਸਟੀ ਰਿਲੇਸ਼ਨਸ਼ਿਪ ਤੋਂ ਬਾਅਦ ਖਤਮ ਹੋ ਗਿਆ ਬਟ ਹੁਣ ਇਹ ਇਸ ਕਸ਼ਮ ਕੋਨਫਲਿਕਟ ਵਿੱਚ ਹੈ ਕਿ ਕੀ ਇਹ ਮੇਰਾ ਕਜ਼ਨ ਬਣ ਗਿਆ ਐਂਡ ਕਹਿੰਦੀ ਆਈ ਐਮ ਰੀਅਲੀ ਹਾਰਟ ਬ੍ਰੋਕਨ ਇਹ ਜਦੋਂ ਪਤਾ ਲੱਗਿਆ ਕਿ ਇਹ ਤਾਂ ਇਹ ਫੈਮਲੀ ਹੈ ਔਰ ਉਸ ਤੋਂ ਬਾਅਦ ਇਨ ਅ ਵੇ ਮੇਰੀ ਮਾਸੀ ਦਾ ਪੁੱਤਰ ਹੋ ਗਿਆ ਅਤੇ ਮੈਨੂੰ ਬਹੁਤ ਮੈਂ ਹਾਰਟ ਬ੍ਰੋਕਨ ਹਾਂ ਕਿ ਮੈਨੂੰ ਮਸਾਂ 'ਤੇ ਕੋਈ
ਅੱਛਾ ਲੱਗ ਰਿਹਾ ਸੀ ਐਂਡ ਆਈ ਵੀ ਰੀਅਲੀ ਲਾਈਕਡ ਈਚ ਅਦਰ, ਇੰਜ ਲੱਗ ਰਿਹਾ ਸੀ ਕਿ ਸੋਲਮੇਟਸ ਹੈਗੇ ਆ ਐਂਡ ਉੱਪਰੋਂ ਇਹ ਚੀਜ਼ ਪਤਾ ਲੱਗ ਗਈ ਹੈ। ਸੋ ਉਹਦੇ ਬਾਵਜੂਦ ਸਾਨੂੰ ਅੱਗੇ ਰਿਲੇਸ਼ਨਸ਼ਿਪ, ਪਹਿਲੇ ਤਾਂ ਕਹਿੰਦੇ ਮੈਨੂੰ ਤਾਂ ਲੱਗਿਆ ਕਿ ਹੋ ਹੀ ਨਹੀਂ ਸਕਦਾ, ਮੈਂ ਤਾਂ ਬਿਲਕੁਲ ਕਾਟਾ ਲਾਤਾ ਇਹਦੇ 'ਤੇ, ਪਰ ਮੁੰਡਾ ਕਹਿੰਦਾ ਕਿ ਮੇਕਸ ਨੋ ਡਿਫਰੈਂਸ ਟੂ ਮੀ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਨਾ ਤਾਂ ਮੈਂ ਸਾਡਾ ਕੋਈ ਰਿਸ਼ਤਾ ਰਿਹਾ ਕਦੀ, ਨਾ ਕਦੀ ਅਸੀਂ ਪਹਿਲੇ ਮਿਲੇ ਹਾਂ, ਨਾ ਮੈਂ ਤੈਨੂੰ ਭੈਣ ਦੀ ਤਰ੍ਹਾਂ ਦੇਖਦਾ, ਸੋ ਕੋਈ ਜੈਨੇਟਿਕਲੀ ਵੀ ਮੇਰਾ ਕੋਈ ਭੈਣ ਭਰਾ ਦਾ ਕੋਈ ਰਿਸ਼ਤਾ ਨਹੀਂ ਹੈ। ਸੋ ਉਹਨੂੰ ਨਹੀਂ ਸਮਝ ਆ ਰਹੀ ਕਿ ਮੈਨੂੰ ਮੈਂ ਕਿਉਂ ਦੋ ਚਿਤਾਂ 'ਚ ਹਾਂ, ਮੈਂ ਕਿਉਂ ਸੋਚਣ ਲੱਗ ਗਈ ਹਾਂ। ਸੋ ਤੁਸੀਂ ਸਾਰੇ ਕੀ ਕਹਿੰਦੇ ਹੋ, ਸੋਸ਼ਲ ਪੁਆਇੰਟ ਆਫ ਵਿਊ ਕੀ ਕਹਿੰਦਾ ਹੈ ਕਿ ਇਹ ਵਿਆਹ ਹੋ ਸਕਦਾ ਹੈ ਕਿ ਨਹੀਂ? ਸੋ ਮੈਂ ਰਿਪੀਟ ਕਰ ਦਿੰਦੀ ਹਾਂ ਅਗਰ ਸਮਝ ਨਾ ਆਈ ਹੋਏ, ਕਿ ਕੁੜੀ ਜਿਹੜੀ ਪੁੱਛ ਰਹੀ ਹੈ ਉਹਦੀ ਮਦਰ ਦੀ ਰੀਅਲ ਸਿਸਟਰ ਦੇ ਹਸਬੈਂਡ ਦਾ ਬੇਟਾ ਹੈ, ਪਰ ਉਹਦਾ ਮਾਸੀ ਦਾ ਸੱਕਾ ਪੁੱਤਰ ਨਹੀਂ ਹੈ, ਇਨ ਅ ਵੇ ਸਟੈਪ ਸਨ ਹੈ, ਪਰ ਪਾਲਿਆ ਮਾਸੀ ਨਹੀਂ ਹੈ, ਛੋਟਾ ਜਿਹਾ ਸੀ ਕਿਤੇ, ਅਤੇ ਮਾਸੀ ਦੂਜੇ ਦੂਸਰੀ ਵਾਈਫ ਹੈ ਮਤਲਬ ਪਿਓ ਦੀ, ਐਂਡ ਫਸਟ ਵਾਈਫ 'ਚੋਂ ਇਹ ਮੁੰਡਾ ਹੈ। ਸੋ ਜੈਨੇਟਿਕਲੀ ਤਾਂ ਕੋਈ ਲੱਗਦਾ ਨਹੀਂ ਕੋਈ ਕਨੈਕਸ਼ਨ ਹੈ। ਓਵਰਆਲ ਤੁਸੀਂ ਕੀ ਕਹਿੰਦੇ ਹੋ ਜ਼ਰੂਰ ਦੱਸੋ। ਆਈ ਨੋ ਇਟਸ ਲਿਟਲ ਯੂ ਨੋ ਕੋਇੰਸੀਡੈਂਟਲੀ, ਦੇਖੋ ਆਲ ਦਾ ਵੇ ਕ੍ਰੋਸ ਕੰਟਰੀ ਜਾ ਕੇ ਉਹਨੇ ਉਸੇ ਮੁੰਡੇ ਨੂੰ ਮਿਲਣਾ ਸੀ, ਉਹਨੂੰ ਪਸੰਦ ਵੀ ਕਰਨਾ ਸੀ, ਅਤੇ ਸ਼ੀ ਸੇਜ਼ ਕਿ ਮੈਨੂੰ ਇੰਨਾ ਮੇਰਾ ਦਿਲ ਜਿਵੇਂ ਇੰਨਾ ਜ਼ਿਆਦਾ ਟੁੱਟ ਗਿਆ ਕਿ ਮੈਂ 3 ਦਿਨਾਂ ਤੋਂ ਸਕੂਲ ਵੀ ਨਹੀਂ ਗਈ, ਮੈਂ ਆਪਣਾ ਸਕੂਲ ਵੀ ਜਾਂਦੀ ਹੈ ਅਤੇ ਕੰਮ ਵੀ ਕਰ ਰਹੀ ਹੈ, ਕਿ ਮੈਂ ਛੁੱਟੀ ਲੈ ਕੇ ਘਰ ਬੈਠੀ ਹੋਈ ਹਾਂ, ਕਿ ਮੇਰੇ ਨਾਲ ਇਹ ਕੀ ਹੋਇਆ। ਸੋ ਆਈ ਐਮ ਰੀਅਲੀ ਹਾਰਟ ਬਰੋਕਨ ਐਂਡ ਸਮਝ ਨਹੀਂ ਆਉਂਦੀ, ਬਿਕੋਜ਼ ਮੁੰਡਾ ਕਹਿੰਦਾ ਕਿ ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਚੀਜ਼ਾਂ ਤੋਂ, ਐਂਡ ਇਟਸ ਦ ਸੇਮ ਜੋ ਪਹਿਲੇ ਸੀਗਾ ਮੇਰੇ ਮਨ ਵਿੱਚ ਉਸੇ ਤਰ੍ਹਾਂ ਹੈਗਾ, ਔਰ ਇਹ ਜਿਹੜਾ ਜ਼ਬਰਦਸਤੀ ਵਾਲਾ ਰਿਸ਼ਤਾ ਤੂੰ ਸੋਚ ਰਹੀ ਹੈ ਉਹ ਕੋਈ ਰਿਸ਼ਤਾ ਨਹੀਂ ਹੈ। ਵੋਟ ਡੂ ਯੂ ਸੇ, ਤੁਸੀਂ ਜੋ ਵੀ ਦਿਮਾਗ ਦੇ ਵਿੱਚ ਆਉਂਦਾ, ਆਈ ਨੋ ਇਟਸ ਅ ਲਿਟਲ ਡਿਫਰੈਂਟ ਸਵਾਲ ਸਾਡੇ, ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਪਹਿਲੇ ਨਹੀਂ ਕੀਤੀ, ਸ਼ਾਇਦ ਬਹੁਤ ਔਫਨ ਇਹ ਚੀਜ਼ ਹੁੰਦੀ ਵੀ ਨਾ ਹੋਏ, ਤਾਂ ਹੀ ਕਰਕੇ ਬਿਕੋਜ਼ ਅਸੀਂ ਹਰ ਤਰ੍ਹਾਂ ਦਾ ਸਵਾਲ ਇਸ ਮੰਚ ਦੇ ਉੱਤੇ ਖੜ੍ਹਾ ਕੀਤਾ ਹੈ ਔਰ ਲੋਕਾਂ ਨੇ ਪੁੱਛਿਆ ਸਾਨੂੰ, ਬਟ ਥੈਂਕਸ ਟੂ ਦਿਸ ਗਰਲ ਜਿਹਨੇ ਸਾਨੂੰ ਪੁੱਛਿਆ, ਕਹਿੰਦੇ ਨੇ ਕਿ ਅਸੀਂ ਹਮੇਸ਼ਾ ਬਹੁਤ ਦੇਰ ਤੋਂ ਇਹ ਵੀ ਇਹਦਾ ਦੀ ਫੈਮਲੀ ਯੂ ਨੋ ਹੋਰ ਬ੍ਰਦਰ ਭਾਬੀ ਅਤੇ ਮਦਰ ਸਾਰੇ ਇਹ ਸ਼ੋਅ ਦੇਖਦੇ ਨੇ। ਸੋ ਜ਼ਰੂਰ ਦੱਸੋ ਕਿ ਤੁਹਾਡੇ ਦਿਮਾਗ 'ਚ ਇਸ ਵੇਲੇ ਕੀ ਆ ਰਿਹਾ। ਦ ਬੈਸਟ ਵੁੱਡ ਬੀ ਆਈ ਨੋ ਕਿ ਮਾਸੀ ਦਾ ਪੁੱਤਰ, ਭੂਆ ਦਾ ਪੁੱਤਰ, ਚਾਚੇ ਤਾਏ, ਯੂ ਨੋ ਫਸਟ ਕਜ਼ਨਸ ਇਨ ਅ ਵੇ, ਉਹਨੂੰ ਅਸੀਂ ਨਹੀਂ ਸਹੀ ਮੰਨਦੇ, ਔਰ ਬੜੇ ਡਿਫਰੈਂਟ ਲੈਵਲਸ 'ਤੇ ਓਵਰ ਦਾ ਈਅਰਸ, ਓਵਰ ਦਾ ਸੈਂਚਰੀਜ਼। ਠੀਕ ਹੈ, ਕੁਛ ਸੋਸ਼ਲ ਕਮਿਊਨਿਟੀਜ਼ ਦੇ ਵਿੱਚ ਉਹ ਪਰਮਿਟਿਡ ਵੀ ਸੀਗਾ, ਪਰ ਓਵਰਆਲ ਅਗਰ ਸਾਇੰਟੀਫਿਕਲੀ ਵੀ ਸੋਚੀਏ ਤਾਂ ਇੱਕ ਕਲੋਜ਼ ਰਿਲੇਸ਼ਨਸ਼ਿਪ, ਜੈਨੈਟਿਕ ਯੂ ਨੋ ਜਿਹੜੀ ਕਿ ਸਿਮਿਲਰ ਹੁੰਦਾ, ਉਹ ਵੀ ਥੋੜ੍ਹਾ ਜਿਹਾ ਸਾਇੰਟੀਫਿਕਲੀ ਮਨਾ ਕਰਦੇ ਹਾਂ, ਪਰ ਉਹ ਵੀ ਮੈਂ ਰਿਸਰਚ ਕੀਤੀ ਹੈ, ਅਤੇ ਉਹਦੇ 'ਚੋਂ ਕਹਿੰਦੇ ਨੇ ਕਿ ਅਗਰ ਤੁਸੀਂ ਬਾਰ ਬਾਰ ਡਿਫਰੈਂਟ ਜਨਰੇਸ਼ਨ 'ਚ ਇੰਜ ਹੋਇਆ ਤਾਂ ਜ਼ਿਆਦਾ ਖਤਰਾ ਹੈ, ਅਦਰਵਾਈਜ਼ ਉਹਦਾ ਕੋਈ ਬੜਾ ਮਿਨੀਮਿਸਕਲ ਜੀ ਚੇਂਜਸ ਦਾ ਫਰਕ ਹੈ, ਕਿਉਂਕਿ ਕਮਿਊਨਿਟੀ ਇੱਕ ਦੂਜੇ ਦੇ ਵਿੱਚ ਤਾਂ ਕਰਦੇ ਹੀ ਨੇ। ਸੋ ਉਹ ਵੀ ਇੰਨਾ ਜ਼ਿਆਦਾ ਸਟਰੋਂਗ ਐਵੀਡੈਂਸ ਨਹੀਂ ਹੈਗਾ ਅਨਟਿਲ ਐਂਡ ਅਨਲੈਸ ਤੁਸੀਂ ਡਿਫਰੈਂਟ ਜਨਰੇਸ਼ਨਸ ਦੇ ਵਿੱਚ ਇਸ ਤਰ੍ਹਾਂ ਕੀਤਾ, ਵੰਸ ਇਨ ਅ ਵਾਈਲ ਅਗਰ ਇੰਜ ਕੁਛ ਹੋਇਆ ਤਾਂ ਉਹਦੇ ਵਿੱਚ ਨਹੀਂ ਹੈ। ਹੁਣ ਸੋਸ਼ਲ ਪੁਆਇੰਟ ਆਫ ਵਿਊ ਕੀ ਹੈਗਾ ਉਹ ਅਸੀਂ ਡੈਫੀਨੇਟਲੀ ਇੱਥੇ ਉਹਦੇ ਬਾਰੇ ਗੱਲ ਕਰ ਸਕਦੇ ਹਾਂ, ਤਾਂ ਹੀ ਤੁਹਾਡੇ ਕੋਲ ਸਵਾਲ ਆਇਆ। ਸੋਸ਼ਲ ਪੁਆਇੰਟ ਆਫ ਵਿਊ ਅਸੀਂ ਕਹਿੰਦੇ ਹਾਂ ਕਿ ਦੁਨੀਆ ਕੀ ਕਹੇਗੀ, ਦੁਨੀਆ ਇਸ ਚੀਜ਼ ਨੂੰ ਕੀ ਸਮਝਦੀ ਹੈ। ਅੱਜ ਕੱਲ੍ਹ ਕਰੰਟਲੀ ਜੋ ਸੋਸ਼ਲ ਨੋਰਮਸ ਹੈ ਮੈਰਿਜ ਦੇ ਅਰਾਊਂਡ, ਉਹ ਕੀ ਕਹਿੰਦੇ ਨੇ, ਕਿਉਂਕਿ ਇਹ ਬੜਾ ਜ਼ਰੂਰੀ ਹੈ ਕਿ ਮੈਂ ਇਹ ਕਹਿ ਰਹੀ ਹਾਂ ਕਿ ਇਸ ਵੇਲੇ ਕੀ ਨੋਰਮਸ ਹੈ, ਕਿਉਂਕਿ ਓਵਰ ਦਾ ਟਾਈਮ ਸੋਸ਼ਲ ਨੋਰਮਸ, ਮੈਰਿਜ ਦੇ ਅਰਾਊਂਡ ਨੋਰਮਸ ਬਦਲਦੇ ਰਹਿੰਦੇ, ਯੂ ਨੋ ਕਲਚਰ ਸਭ ਕੁਝ ਇੱਕ ਚੇਂਜਿਸ ਆਉਂਦੇ ਰਹਿੰਦੇ ਆ। ਸੋ ਅੱਜ ਕੱਲ੍ਹ ਉਹਦੇ ਅਸੀਂ ਕੀ ਉਹਨੂੰ ਸਮਝਦੇ ਹਾਂ, ਕੀ ਤੁਸੀਂ ਕਹਿੰਦੇ ਹੋ, ਜ਼ਰੂਰ ਕਾਲ ਕਰੋ। ਇੰਜ ਕਰਦੀ ਹਾਂ, ਤੁਸੀਂ ਥੋੜ੍ਹਾ ਸੋਚ ਕੇ ਰੱਖੋ, ਬਰੀਫਲੀ ਆਪਣੀ ਆਨਸਰ ਜ਼ਰੂਰ ਦਿਓ, ਕੀ ਸੋਚ ਰਹੇ ਹੋ ਔਰ ਉਹਦਾ ਕਿਉਂ ਸੋਚ ਰਹੇ ਹੋ, ਜ਼ਰੂਰ ਉਹਦੇ ਬਾਰੇ ਦੱਸੋ। ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਹਾਜ਼ਰ ਹੋਣੀ। ਸਾਰਿਆਂ ਦਾ ਫਿਰ ਸਵਾਗਤ ਹੈ, ਵੈਲਕਮ ਬੈਕ, ਐਂਡ ਲੈਟਸ ਸੀ ਸਾਰੇ ਕੀ ਕਹਿ ਰਹੇ ਹੈ ਅੱਜ ਦੇ ਵਾਸਤੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਹਾਂਜੀ ਰਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਨਸੀਬ ਜੀ, ਦੱਸੋ ਕੀ ਕਹਿੰਦੇ ਹੋ ਨਸੀਬ ਜੀ। ਮੈਂ 2 ਮਿੰਟ ਲੇਟ ਲਾਇਆ,
ਮੈਨੂੰ ਐ ਨਹੀਂ ਪਤਾ ਲੱਗਿਆ ਵੀ ਜਿਹੜਾ ਲਟਕਾ ਹੈ ਨਾ ਉਹ ਇਸ ਮਾਸੀ ਦੇ ਕੁੱਕੋ ਹੋ ਨਹੀਂ ਮਾਸੀ ਦੇ ਹਸਬੰਡ ਦਾ ਪਹਿਲਾ ਬੱਚਾ ਹੈ ਹਾਂ ਸੋ ਮਾਸੀ ਦੇ ਦਾ ਬਾਇਓਲੋਜੀਕਲ ਚਾਈਲਡ ਨਹੀਂ ਹੈ ਉਹਦਾ ਆਪਣਾ ਪੁੱਤਰ ਨਹੀਂ ਹੈ ਅੱਛਾ ਆ ਬਟੀ ਬੰਦ ਕਰ ਅੱਛਾ ਰਹਿੰਦਾ ਨਾਲ ਉਹਦੇ ਮਤਲਬ ਹਾਂਜੀ ਉਹਦੀ ਮਾਂ ਜਿਹੜੀ ਮਾਂ ਨਵੀਂ ਆਈ ਹੈ ਉਹਦੇ ਨਾਲ ਰਹਿੰਦਾ ਹਾਂਜੀ ਉਹਦੇ ਨਾਲ ਰਹਿੰਦਾ ਪਰ ਮਾਸੀ ਤੇ ਇਹਦੀ ਮਾਂ ਆਪਸ ਵਿੱਚ ਬਹੁਤ ਸਾਲਾਂ ਤੋਂ ਮਿਲੇ ਵੀ ਨਹੀਂ ਗੱਲਬਾਤ ਵੀ ਨਹੀਂ ਕੁਝ ਲੜਾਈ ਹੋ ਗਈ ਸੀ ਹਸਬੰਡਸ ਦੀ ਸੋ ਇਹ ਬੱਚੇ ਆਪਸ ਕਦੀ ਨਹੀਂ ਮਿਲੇ ਹੋਏ ਤਾਂ ਇਹ ਤਾਂ ਪਤਾ ਹੀ ਨਹੀਂ ਲੱਗਿਆ ਪਹਿਲੇ ਹਾਂ ਦੂਸਰਾ ਹਸਬੰਡ ਨੇ ਮਰ ਗਿਆ ਮੈਂ ਇਹ ਤਾਂ ਸੁਣ ਲਈ ਗੱਲ ਹਾਂਜੀ ਮੈਂ ਇੱਕ ਗੱਲ ਦੱਸਦੀ ਹਾਂ ਜੇ ਸੁਣਦੇ ਆ ਸਾਰੇ ਜਾਣੇ ਜੀ ਜੇ ਤਾਂ ਉਹ ਕੋਈ ਡਰ ਨਹੀਂ ਹਾਂ ਮਾਸੀ ਦਾ ਮੁੰਡਾ ਪੇਟੋ ਨਹੀਂ ਹੋਇਆ ਤੇ ਨਾ ਪਿਓ ਵੀ ਨਹੀਂ ਗਾ ਮਾਸੜ ਪਹਿਲਾ ਮਾਸੜ ਵੀ ਨਹੀਂ ਗਾ ਤੇ ਪਹਿਲੀ ਮਾਸੀ ਦਾ ਮੁੰਡਾ ਵੀ ਨਹੀਂ ਹੈ ਪਹਿਲੇ ਭਾਈ ਦਾ ਹਾਂਜੀ ਉਹ ਸਕਦਾ ਰਿਸ਼ਤਾ ਪਰ ਪਾਸੇ ਪਾਸੇ ਜੇ ਮਾਸੀ ਦੇ ਘਰੇ ਨੂੰਹ ਬਣ ਕੇ ਜਾਊਗੀ ਇਹ ਥੋੜਾ ਜਿਹਾ ਇਹਦੀ ਮਾਂ ਨੂੰ ਚੰਗਾ ਨਹੀਂ ਲੱਗਣਾ ਓਕੇ ਓਕੇ ਇਹ ਮੈਂ ਤੁਹਾਨੂੰ ਦੱਸਦੀ ਹਾਂ ਵੀ ਇਹ ਰਿਸ਼ਤਾ ਹੋ ਜਾਂਦਾ ਹੋ ਸਕਦਾ ਕਿ ਭਾਈ ਵੀ ਹੋਰ ਸੀ ਉਹਦੀ ਮਾਂ ਵੀ ਹੋਰ ਸੀ ਤੇ ਇਹਨਾਂ ਦਾ ਪਿਆਰ ਵੀ ਸਹੀ ਆ ਜੇ ਮਾਸੀ ਨੂੰ ਵੱਖਰਾ ਹੋ ਕੇ ਕਰਾਉਂਦਾ ਵੀ ਮਾਸੀ ਨੂੰ ਕਵੇ ਵੀ ਤੂੰ ਆਪਦੇ ਉਹਦੇ ਮਾਸੀ ਦੇ ਹੋਰ ਬੱਚੇ ਹੋਣਗੇ ਹਾਂਜੀ ਹਾਂਜੀ ਉਹ ਆਪਦੇ ਬੱਚਿਆਂ ਨੂੰ ਆਵੇ ਮਾਸੀ ਤੋਂ ਅੱਡ ਹੋ ਕੇ ਤੇ ਰਿਸ਼ਤਾ ਹੋ ਸਕਦਾ ਬਿਲਕੁਲ ਕਿ ਉਹ ਭਾਈ ਵੀ ਹੋਰ ਸੀ ਤੇ ਮਾਂ ਵੀ ਹੋਰ ਸੀ ਕੋਈ ਇਹਦੇ ਕੁੱਖੋ ਨਹੀਂ ਗਾ ਹਾਂਜੀ ਅੱਡ ਉਂਝ ਇਸ ਤਰ੍ਹਾਂ ਨਹੀਂ ਪਰ ਜੌਬ ਕਰਦਾ ਹੈ ਡਿਫਰੈਂਟ ਜਗ੍ਹਾ ਤੇ ਰਹਿੰਦਾ ਹੈ ਘਰ ਨਹੀਂ ਰਹਿੰਦਾ ਹੁਣ ਫਿਰ ਪੱਕਾ ਹੋ ਸਕਦਾ 100% ਪਰ ਮਾਸੀ ਇਹ ਮਾਸੀ ਨੂੰ ਜਿਸ ਤਰ੍ਹਾਂ ਮਿਲਣ ਲੱਗ ਜੂ ਲੱਗ ਜਾਏ ਵੀ ਸੱਸ ਤਾਂ ਨਹੀਂ ਬਣਨੀ ਸੱਸ ਤਾਂ ਜਿਹੜੀ ਉਹਦੇ ਮੁੰਡੇ ਦੀ ਮਾਂ ਮਰੀ ਆ ਉਹ ਹੀ ਆ ਅੱਛੀ ਤੇ ਪਿਓ ਵੀ ਮੇਰਾ ਸਹੁਰਾ ਅੱਡ ਸੀ ਇਹਦੀ ਮਾਸੀ ਦੇ ਕੁੱਖੋ ਨਹੀਂ ਗਾ ਇਹ ਰਿਸ਼ਤਾ ਹੋ ਸਕਦਾ ਬਿਲਕੁਲ ਅੱਡ ਰਹਿੰਦਾ ਤਾਂ ਮੁੰਡਾ ਅੱਡ ਹੀ ਰਵੇ ਤੇ ਮਾਸੀ ਨਾ ਜਦੋਂ ਮਾਂ ਖਵਾਰਾ ਬੋਲਣ ਹੀ ਲੱਗ ਜਾਏ ਭੈਣਾ ਭੈਣਾ ਦਾ ਰਿਸ਼ਤਾ ਕਿੰਨਾ ਪਿਆਰਾ ਹੁੰਦਾ ਰਿਸ਼ਤਾ ਹੋ ਜੇ ਬੋਲਣ ਲੱਗ ਜਾਏ ਕਿਉਂਕਿ ਇਹਦੇ ਫਾਦਰ ਵੀ ਨਹੀਂ ਰਹੇ ਹੁਣ ਇਹਦੇ ਫਾਦਰ ਵੀ ਹੁਣ ਨਹੀਂ ਰਹੇ ਪਰ ਇਹ ਰਿਸ਼ਤਾ ਹੋ ਸਕਦਾ ਠੀਕ ਹੈ ਮਾਂ ਵੀ ਮੁੰਡੇ ਦੀ ਹੋਰ ਆ ਪਿਓ ਵੀ ਹੋਰ ਸੀ ਮਾਸੀ ਵੀ ਜਿੱਥੇ ਮਾਸੀ ਵਿਆਹੀ ਜਾਂਦੀ ਆ ਨਾ ਭਾਣਜੀ ਵੀ ਉਸ ਘਰ ਦੇ ਉਸ ਘਰ 'ਚ ਵਿਆਹੀ ਜਾਂਦੀ ਆ ਵਿਆਹ ਸਕਦੇ ਭੂਆ ਭਤੀਜੀ ਵੀ ਵਿਆਹੀਆਂ ਜਾਂਦੀਆਂ ਪਿਓ ਦਰਾਣੀ ਬਣ ਜਾਂਦੀਆਂ ਪਰ ਅੱਜ ਉਹ ਮਾਸੀ ਦੇ ਪੇਟੋਂ ਨਹੀਂ ਮੁੰਡਾ ਫਿਰ ਬਿਲਕੁਲ ਰਿਸ਼ਤਾ ਪੱਕਾ ਹੋ ਸਕਦਾ ਠੀਕ ਹੈ ਨਸੀਬ ਜੀ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਮੁੰਡੇ ਨੂੰ ਵੀ ਮੈਂ ਮਾਸੀ ਨੂੰ ਹੌਲੀ ਹੌਲੀ ਆਪਾਂ ਮਾਂ ਤੇ ਮਾਸੀ ਮਿਲਣ ਲੱਗ ਜਾਣਗੇ ਪਰ ਆਪਾਂ ਰਵਾਂਗੇ ਵੱਖਰੇ ਫਿਰ ਕੋਈ ਡਰ ਨਹੀਂ ਜੇ ਮੁੰਡਾ ਚੰਗਾ ਹੈ ਤਾਂ ਠੀਕ ਹੈ ਗਾਂ ਹੋਰ ਲੋਕ ਦੱਸਣਗੇ ਮੈਨੂੰ ਸ਼ਾਇਦ ਨਾ ਪਤਾ ਪਰ ਮੈਨੂੰ ਜੇ ਤੁਹਾਨੂੰ ਇਹ ਲੱਗਦਾ ਬਹੁਤ ਵਧੀਆ ਆਪਣਾ ਆਪਣਾ ਖਿਆਲ ਹਾਂਜੀ ਜ਼ਰੂਰ ਹਾਂ ਪਰ ਜੇ ਮਾਂ ਮਾਸੀ ਦੇ ਪੇਟੋਂ ਨਹੀਂ ਨਾ ਫਿਰ ਨਹੀਂ ਕੋਈ ਡਰ ਪੂਰਾ ਵੀ ਠੀਕ ਹੈ ਓਕੇ ਬਹੁਤ ਵਧੀਆ ਨਸੀਬ ਜੀ ਹੋਰ ਵੀ ਪੁੱਛ ਲੈਂਦੇ ਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਸਤਿ ਸ਼੍ਰੀ ਅਕਾਲ ਗੁਰਦੀਪ ਜੀ ਦੱਸੋ ਕੀ ਕਹਿੰਦੇ ਹੋ ਮੈਂ ਪਹਿਲਾਂ ਦੋ ਸ਼ਬਦ ਆਪ ਜੀ ਦੇ ਬਾਰੇ ਬੋਲਣਾ ਚਾਹੁੰਦਾ ਜੀ ਹਾਂਜੀ ਕਿਸੇ ਨੂੰ ਅਰਵਿੰਦ ਜੀ ਕਿਸੇ ਨੂੰ ਆਪਣੀ ਪਸੰਦ ਬਣਾਉਣਾ ਕੋਈ ਵੱਡੀ ਗੱਲ ਨਹੀਂ ਪਰ ਸਭ ਸੁਣਨ ਵਾਲਿਆਂ ਦੀ ਪਸੰਦ ਬਣ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਥੈਂਕ ਯੂ ਸਾਰੇ ਹੀ ਸੁਣਨ ਵਾਲੇ ਦੂਰ ਨੇੜੇ ਬੈਠੇ ਲੋਕ ਹੀ ਸਭ ਆਪ ਦੇ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਆ ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ ਤੁਸੀਂ ਸਭ ਦੀ ਪਸੰਦ ਬਣ ਚੁੱਕੇ ਹੋ ਤੁਹਾਡੇ ਵਧੀਆ ਸ਼ਬਦਾਂ ਨੇ ਤੁਹਾਨੂੰ ਲਫ਼ਜ਼ਾਂ ਦੀ ਪਾਤਸ਼ਾਹੀ ਦਿੱਤੀ ਹੈ ਅਰਵਿੰਦ ਜੀ ਤੁਹਾਡੇ ਤੋਂ ਅਸੀਂ ਵੀ ਬੋਲਣ ਦਾ ਸਲੀਕਾ ਸਿੱਖ ਕੇ ਇਸ ਨੂੰ ਨਿਖਾਰਨ ਦਾ ਵਿੱਚ ਲੱਗੇ ਹੋਏ ਹਾਂ ਅਸੀਂ ਇੱਕ ਘੰਟੇ ਵਾਸਤੇ ਕੱਲ ਨੂੰ ਭੁੱਲ ਕੇ ਅੱਜ ਵਿੱਚ ਜੀ ਲੈਂਦੇ ਹਾਂ ਜਿਸ ਨਾਲ ਸਾਡਾ ਆਉਣ ਵਾਲਾ ਕੱਲ ਖੁਦ ਬ ਖੁਦ ਸੰਵਰ ਜਾਏਗਾ ਬਾਕੀ ਬਹੁਤ ਕਾਈਂਡ ਵਰਡਸ ਤੁਹਾਡੇ ਬਹੁਤ ਥੈਂਕ ਯੂ ਸੋ ਮਚ ਫੋਰ ਯੋਰ ਕਾਈਂਡ ਵਰਡਸ ਬਟ ਫਿਰ ਤੁਸੀਂ ਅੱਜ ਵਾਸਤੇ ਕੀ ਕਹਿੰਦੇ ਹੋ ਇਹਨਾਂ ਨੂੰ ਕੀ ਕਹਿੰਦੇ ਹੋ ਅੱਜ ਬਾਰੇ ਮੇਰੇ ਕੋਲ ਇੱਕ ਛੋਟੇ ਲਫ਼ਜ਼ਾਂ ਵਿੱਚ ਹੀ ਸੀ ਇਸ ਕਰਕੇ ਮੈਨੂੰ ਮੌਕਾ ਮਿਲ ਗਿਆ ਤੁਹਾਡੇ ਬਾਰੇ ਸੋਚਦਾ ਸੀ ਰੋਜ਼ ਬੋਲਣ ਦਾ ਸੋਚ ਹੀ ਹੈ ਸੋਚ ਤਾਂ ਬਦਲੀ ਵੀ ਜਾ ਸਕਦੀ ਹੈ ਜੇ ਪੰਜਾਬ ਜਾਂ ਇੰਡੀਆ 'ਚ ਹੁੰਦੇ ਤਾਂ ਚਲੋ ਜੁਦੀ ਗੱਲ ਸੀ ਇੱਥੇ ਦੂਜੇ ਦੇਸ਼ ਵਿੱਚ ਜਿੱਦਾਂ ਦਾ ਕਲਚਰ ਹੈ ਉੱਦਾਂ ਦੇ ਅਸੀਂ ਵੀ ਬਣ ਜਾਈਏ ਥੋੜ੍ਹੇ ਥੋੜ੍ਹੇ ਤੇ ਕੁੜੀ ਲਈ ਠੀਕ ਰਹੇਗਾ ਇੰਨੀ ਇੰਨਾ ਸੋਚਣ ਦੀ ਲੋੜ ਨਹੀਂ ਜੇ ਉਹ ਕਿਹੜਾ ਉਹਨੂੰ ਭੈਣ ਦੀ ਨਜ਼ਰ ਨਾਲ ਬਚਪਨ ਤੋਂ ਦੇਖਦਾ ਆ ਤੇ ਕੋਈ ਫਰਕ ਨਹੀਂ ਪੈਂਦਾ ਇੰਨਾ ਹੀ ਜਵਾਬ ਹੈ ਬਾਕੀ ਇੱਕ ਸ਼ੇਰ ਜ਼ਰੂਰ ਬੋਲਣਾ ਮੈਂ ਤੁਹਾਡੇ ਵਾਸਤੇ ਓਕੇ ਜਹਾਂ ਰਹੋ ਵਹਾਂ ਆਪਕੋ ਸਭ ਪਿਆਰ ਕਰੇ ਜਹਾਂ ਸੇ ਆਪ ਚਲੇ ਜਾਓ ਵਹਾਂ ਸਭ ਆਪਕੋ ਯਾਦ ਕਰੇ ਯਹਾਂ ਆਪ ਚਲੇ ਜਾਣੇ ਵਾਲੇ ਹੋ ਸਭ ਆਪਕਾ ਇੰਤਜ਼ਾਰ ਕਰੇ ਥੈਂਕ ਯੂ ਅਰਵਿੰਦ ਜੀ ਥੈਂਕ ਯੂ ਗੁਰਦੀਪ ਜੀ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਇਹਨਾਂ ਨੂੰ ਪੁੱਛਦੇ ਹਾਂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਸਤਿ ਸ਼੍ਰੀ ਅਕਾਲ ਕੌਣ ਬੋਲਦੇ ਹੋ ਜੀ ਮੈਂ ਬਲਦੇਵ ਸਿੰਘ ਸਰਪੰਚ ਬੋਲਦਾ ਜੀ ਹਾਂਜੀ ਬਲਦੇਵ ਜੀ ਸਵਾਗਤ ਹੈ ਦੱਸੋ ਕੀ ਕਹਿੰਦੇ ਹੋ ਅਸੀਂ ਤਾਂ ਇਹ ਗੱਲ ਕਹਿੰਦੇ ਭੈਣ ਜੀ ਵੀ ਇਸ ਚੀਜ਼ ਦੇ ਵਿੱਚ ਕੋਈ ਫਰਕ ਨਹੀਂ ਗਾ ਇਹ ਰਿਸ਼ਤਾ ਹੋ ਜਾਣਾ ਚਾਹੀਦਾ ਅੱਛਾ
ਸਾਡੇ ਰਿਸ਼ਤੇਦਾਰਾਂ ਦੇ ਵਿੱਚ ਮੇਰੀ ਭਣੇਵੀਂ ਸੱਕੀ ਅੱਛੀ ਤੇ ਮੇਰੇ ਚਾਚੇ ਦੀ ਮਤਲਬ ਲੜਕੀ ਤੇ ਉਹਦਾ ਬੇਟਾ ਸੀ ਹਾਂਜੀ ਤੇ ਮਤਲਬ ਮਾਸੀਆਂ ਮਾਸੀਆਂ ਹੀ ਲੱਗਦੀਆਂ ਤੇ ਅਸੀਂ ਆਪ ਰਿਸ਼ਤਾ ਘਰ 'ਚ ਕੀਤਾ ਇਸੇ ਤਰ੍ਹਾਂ ਹੀ ਠੀਕ ਹੈ ਤੇ ਬਹੁਤ ਵਧੀਆ ਪਰਿਵਾਰ ਸੁਖੀ ਪਰਿਵਾਰ ਚੱਲਦਾ ਪਿਆ ਕੋਈ ਉਹਨਾਂ ਦੇ ਵਿੱਚ ਨਹੀਂ ਵੀ ਗੱਲ ਉਹੋ ਜਿਹੀ ਕੋਈ ਗੱਲ ਨਹੀਂ ਗੀ ਜੀ 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 ਤੇ ਹੁਣ ਤਾਂ ਆਮ ਮਾਸੀਆਂ ਮਾਸੀਆਂ ਦੇ ਕਰੀ ਜਾਂਦੇ ਆ ਤੇ ਜਿਹੜੇ ਮਤਲਬ ਇਹ ਲੜਕਾ ਹੈਗਾ ਵੀ ਮਤਲਬ ਮਾਸੀ ਤੋਂ ਬਾਹਰੋਂ ਹੈ ਹਾਂਜੀ ਬਿਲਕੁਲ ਤੇ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਬਹੁਤ ਵਧੀਆ ਜਿਹਨਾਂ ਦੇ ਦਿਲ ਮਿਲ ਗਿਆ ਤੇ ਅੱਛੇ ਨੇ ਤੇ ਗਾਂ ਭੈਣਾਂ ਵੀ ਗਾਂ ਮਿਲ ਜਾਣਗੀਆਂ ਜੇ ਭੈਣਾਂ ਦੇ ਵਿੱਚ ਵੀ ਕੋਈ ਮਾੜਾ ਮੋਟਾ ਮੌਡ ਮਰਾ ਆਵੇ ਜਿਹੜਾ ਉਹ ਵੀ ਘੱਟ ਸਕਦਾ ਜਦੋਂ ਇਹਨਾਂ ਦੀ ਬੇਟੀ ਉੱਧਰ ਵਿਆਹੀ ਜਾਂਦੀ ਆ ਜੀ 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 ਠੀਕ ਹੈ ਸੋ ਤੁਹਾਡੇ ਤੁਹਾਡਾ ਗ੍ਰੀਨ ਸਿਗਨਲ ਹੈ ਕਿ ਇਹ ਹੋ ਸਕਦਾ ਹਾਂਜੀ ਹਾਂਜੀ ਸਾਡਾ ਵਧੀਆ ਹੋ ਸਕਦਾ ਜੀ ਸਾਡੇ ਤਾਂ ਉੱਥੇ ਬਹੁਤ ਹੋਏ ਸਾਡਾ ਜ਼ਿਲ੍ਹਾ ਫਿਰੋਜ਼ਪੁਰ ਸਾਡੇ ਤਾਂ ਉੱਥੇ ਮਾਮੇ ਭੂਆ ਦੇ ਤਕਰੀਬਨ ਕਾਫੀ ਜਿਹੜੇ ਚੰਗੇ ਚੰਗੇ ਘਰ ਨੇ ਨਾ ਉਹ ਇਸ ਤਰ੍ਹਾਂ ਹੀ ਕਰ ਲੈਂਦੇ ਨੇ ਵੀ ਆਪ ਸਮੇਂ ਵੀ ਜਿਹੜਾ ਉੱਥੇ ਜਾਇਦਾਦ ਦੇਣ ਦਾ ਉੱਥੇ ਆਏ ਰਿਵਾਜ਼ ਕਾਰਾਂ ਵੱਡੀਆਂ ਦੇਣੀਆਂ ਸੋਨਾ ਪਾਉਣਾ ਅਗਲਿਆਂ ਦੇ ਜੇ ਆਪਾਂ ਜ਼ਰੂਰ ਪਾਸੇ ਕਿਸੇ ਨੂੰ ਖੜੇ ਕਿਹੋ ਜਿਹਾ ਨਿਕਲੂਗਾ ਪਰ ਬਚਪਨ ਚੋਂ ਅਗਰ ਮਿਲਦੇ ਹੋਣ ਭੈਣ ਭਰਾ ਆਖਣ ਫਿਰ ਤੇ ਬੜਾ ਔਡ ਲੱਗਦਾ ਇੱਥੇ ਤਾਂ ਮਿਲੇ ਨਹੀਂ ਹੋਏ ਬਿਲਕੁਲ ਹਾਂਜੀ 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 ਇਹ ਤਾਂ ਬਿਲਕੁਲ ਹੀ ਠੀਕ ਆ ਇਹ ਕਰ ਲੈਣਾ ਚਾਹੀਦਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਵਧੀਆ ਥੈਂਕ ਯੂ ਸੋ ਮੱਚ ਸੋ ਹੋਰ ਪੁੱਛਦੇ ਹਾਂ ਕੀ ਕਹਿ ਰਹੇ ਨੇ ਕਿ ਤਕਰੀਬਨ ਹੁਣ ਤੱਕ ਜਿਵੇਂ ਆ ਰਿਹਾ ਕਿ ਹਾਂ ਕਰ ਲੈਣਾ ਚਾਹੀਦਾ ਮੈਨੂੰ ਲੱਗਦਾ ਇੱਥੇ ਦੋ ਇਸ਼ੂ ਉਹਦੇ ਮਨ ਵਿੱਚ ਹੋਣੇ ਹੈ ਠੀਕ ਹੈ ਜ਼ਾਹਿਰਾ ਤੌਰ 'ਤੇ ਉਹਦਾ ਫਸਟ ਜਿਹੜਾ ਸਵਾਲ ਹੈ ਉਹ ਇਹ ਕਿ ਇਹ ਤਾਂ ਯੂ ਨੋ ਜਿਵੇਂ ਕਜ਼ਨ ਨਿਕਲਿਆ ਪਰ ਸਾਡੇ ਹਿਸਾਬ ਨਾਲ ਕਿਉਂਕਿ ਮਾਸੀ ਦਾ ਬਾਇਓਲੋਜੀਕਲ ਸਨ ਨਹੀਂ ਹੈ ਉਹ ਨਹੀਂ ਬਣਦੀ ਪਰ ਦੂਸਰਾ ਜਿਹੜਾ ਦੋਨੋਂ ਪਰਿਵਾਰ ਭੈਣਾਂ ਦੇ ਸੀਗੇ ਪਰ ਆਪਸ 'ਚ ਗੱਲਬਾਤ ਨਹੀਂ ਕੱਟ ਆਫ ਹੀ ਹੋ ਗਿਆ ਬਿਲਕੁਲ ਉਹ ਵੀ ਉਹਦੇ ਹਿਸਾਬ ਨਾਲ ਫਾਦਰਸ ਦਾ ਮੇਨ ਸੀਗਾ ਝਗੜਾ ਔਰ ਮਦਰਸ ਨੇ ਕਹਿ ਲਓ ਇੱਕ ਤਰ੍ਹਾਂ ਨਾਲ ਫੋਲੋ ਕੀਤਾ ਜਿਸ ਤਰ੍ਹਾਂ ਵੀ ਸੀਗਾ ਕੋਈ ਨਾਰਾਜ਼ਗੀ ਹੋਈ ਉਸ ਤੋਂ ਬਾਅਦ ਹਸਬੈਂਡਸ ਦਾ ਸਾਥ ਦੇ ਕੇ ਦੋਨੋਂ ਆਪਸ 'ਚ ਨਹੀਂ ਮਿਲੀਆਂ ਪਰ ਹੁਣ ਮਿਲਣਾ ਅਤੇ ਉਹਨੂੰ ਕਵਰ ਅਪ ਕਰਨਾ ਉਹ ਵੀ ਇੱਕ ਔਡ ਸਿਚੁਏਸ਼ਨ 'ਤੇ ਨਹੀਂ ਹੋਏਗੀ ਠੀਕ ਠਾਕ ਰਹੇਗਾ ਉਹ ਵੀ ਸ਼ਾਇਦ ਥੋੜ੍ਹਾ ਜਿਹਾ ਮਾਂ ਦਾ ਧਿਆਨ ਉੱਧਰ ਵੀ ਜਾ ਰਿਹਾ ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੇਰਾ ਨਾਮ ਚਰਨਜੀਤ ਹੈ ਹਾਂਜੀ ਚਰਨਜੀਤ ਜੀ ਬੜੀ ਦੇਰ ਬਾਅਦ ਤੁਹਾਡੀ ਆਵਾਜ਼ ਸੁਣੀ ਹੈ ਦੱਸੋ ਕੀ ਕਹਿੰਦੇ ਹੋ ਮੈਂ ਕਹਿੰਦਾ ਕਿ ਤੁਹਾਡੇ ਤੋਂ ਪਹਿਲਾਂ ਨੀਤੂ ਜੀ ਹੁੰਦੇ ਸੀਗੇ ਓਕੇ ਜੀ ਠੀਕ ਹੈ ਤੇ ਜਿਸ ਦਿਨ ਤੁਸੀਂ ਟੇਕ ਓਵਰ ਕੀਤਾ ਉਹਨਾਂ ਤੋਂ ਮੇਰੇ ਖਿਆਲ 'ਚ ਮੈਂ ਪਹਿਲਾ ਜਾਂ ਦੂਸਰਾ ਇਨਸਾਨ ਸੀ ਜਿਹਦੀ ਤੁਹਾਡੇ ਨਾਲ ਗੱਲ ਹੋਈ ਹੈ ਓਕੇ ਤੇ ਮੈਂ ਵਿੱਚ ਮਤਲਬ ਕਿ ਡਿਸਕੰਟੀਨਿਊ ਕਰ ਦਿੱਤਾ ਕਾਲ ਵਗੈਰਾ ਕਰਨਾ ਲੇਕਿਨ ਮਤਲਬ ਇਹ ਹੈ ਕਿ ਵੀ ਤੁਹਾਨੂੰ 10-12 ਸਾਲ ਤੇ ਹੋ ਹੀ ਗਏ ਮੇਰਾ ਖਿਆਲ ਹਾਂਜੀ ਹਾਂਜੀ ਉਸ ਦਿਨ ਤੋਂ ਹੁਣ ਤੱਕ ਮੈਂ ਆਨ ਐਂਡ ਆਫ ਕੰਟੈਕਟ ਰਿਹਾ ਸੋ ਯੂ ਹੈਵ ਡਨ ਵੈਰੀ ਵੈਲ ਥੈਂਕ ਯੂ ਸੋ ਮਚ ਤੁਸੀਂ ਇਹ ਗੱਲ ਕੀਤੀ ਸੀ ਕਿ ਵੀ ਤੁਹਾਡੇ ਤੇ ਮਤਲਬ ਲੋਕਾਂ ਨੇ ਇਤਬਾਰ ਬਣਾਏ ਰੱਖਿਆ ਜਦੋਂ ਬੰਦਾ ਐਨਕਾਂ ਲਾ ਲੈਂਦਾ ਨਾ ਉਹਦਾ ਇਤਬਾਰ ਹੋਰ ਵੱਧ ਜਾਂਦਾ ਕਿਉਂਕਿ ਉਹ ਮੈਚੋਰ ਨਜ਼ਰ ਆਉਂਦਾ ਹੋਰ ਓਕੇ ਇਹ ਪਤਾ ਨਹੀਂ ਕੱਲ ਮੈਂ ਲਾਵਾਂਗੀ ਕਿ ਨਹੀਂ ਪਰ ਤੁਸੀਂ ਅੱਜ ਦੱਸੋ ਕੀ ਕਹਿੰਦੇ ਹੋ ਬਾਕੀ ਇਸ ਵਾਸਤੇ ਮੈਂ ਕਹਿੰਦਾ ਪਹਿਲੀ ਗੱਲ ਤੇ ਕਿ ਆਪਣੇ ਇੰਡੀਆ ਵਿੱਚ ਵੀ ਔਰ ਆਪਣੇ ਸਰਦਾਰਾਂ ਵਿੱਚ ਵੀ ਕਈਆਂ ਦੇ ਵਿੱਚ ਮਾਸੀ ਦੇ ਮੁੰਡੇ ਕੁੜੀ ਦਾ ਵਿਆਹ ਹੋ ਜਾਂਦਾ ਇਤਰਾਜ ਨਹੀਂ ਹੁੰਦਾ ਠੀਕ ਹੈ ਭਾਵੇਂ ਠੀਕ ਹੈ ਕਿ ਛੋਟੇ ਹੁੰਦੇ ਇਕੱਠੇ ਖੇਡਦੇ ਹੋਣੇ ਜੋ ਵੀ ਜੇ ਲੇਕਿਨ ਸਟਿਲ ਕਈ ਲੋਕੀ ਕਹਿੰਦੇ ਨੇ ਕਿ ਚਲੋ ਘਰ ਵਿੱਚ ਹੋ ਜਾਏ ਤੇ ਚੰਗਾ ਕਿਉਂਕਿ ਬੜੇ ਮਤਲਬ ਜਾਣ ਪਛਾਣ ਦੇ ਵਿੱਚ ਤੇ ਇਹਦੇ ਚ ਕੋਈ ਦੂਸਰੀ ਗੱਲ ਇਹ ਹੈ ਕਿ ਇਸ ਕੇਸ ਦੇ ਵਿੱਚ ਕੁੜੀ ਦਾ ਉਹ ਕਜ਼ਨ ਹੈ ਹੀ ਨਹੀਂ ਉਹ ਮਾਸੜ ਬਣਨ ਤੋਂ ਪਹਿਲਾਂ ਉਹਦਾ ਮੁੰਡਾ ਹੋ ਗਿਆ ਜਿਹਦੇ ਨਾਲ ਕੋਈ ਰਿਸ਼ਤਾ ਇਵਨ ਕਿ ਹਾਫ ਕਜ਼ਨ ਵੀ ਨਹੀਂ ਹੈ ਹਾਂਜੀ ਬਿਲਕੁਲ ਠੀਕ ਹੈ ਦੂਸਰੀ ਗੱਲ ਇਹ ਹੈ ਕਿ ਕਈ ਵਾਰੀ ਲੋਕੀ ਰਿਸ਼ਤਾ ਕਰਦੇ ਨੇ ਕਿ ਜਿਹੜੇ ਟੁੱਟੇ ਰਿਸ਼ਤੇ ਨੇ ਉਹ ਵੀ ਗੰਢੇ ਜਾਂਦੇ ਨੇ ਹਾਂਜੀ ਸੋ ਦੂਸਰੀ ਗੱਲ ਇਹ ਹੈ ਕਿ ਉਹ ਆਪਣੀ ਜਿਹੜੀ ਓਰਿਜਨਲ ਮਾਂ ਹੋਏਗੀ ਉਹਨੂੰ ਤੇ ਮਿਲਦਾ ਹੀ ਹੋਏਗਾ ਅਸਲੀ ਸੱਸ ਤੇ ਉਹ ਹੋਏਗੀ ਨਾ ਤੇ ਮੇਰਾ ਖਿਆਲ ਹੈ ਕਿ ਬੇਫਿਕਰੇ ਹੋ ਕੇ ਇਹਨਾਂ ਨੂੰ ਰਿਸ਼ਤਾ ਕਰ ਲੈਣਾ ਚਾਹੀਦਾ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਸੋ ਤੁਹਾਡੇ ਹਿਸਾਬ ਨਾਲ ਵੀ ਹੋ ਜਾਏਗਾ ਹੋ ਸਕਦਾ ਹੈ ਜ਼ਰੂਰ ਕਾਲ ਕਰੋ ਕੀ ਖਿਆਲ ਹੈ ਤੁਹਾਡਾ
और जो सोचते हो वो क्यों सोचते हो, क्यों कह रहे हो हाँ ना, जरूर इस कुड़ी नू इस मां नू दसो। लैनी है एक छोटी जी ब्रेक। सारे का फिर स्वागत है, लेट्स सी सारे की कह रहे ने ए बारे, इन्हां नू पुछदे हां। हेलो हेलो, हां जी सत श्री अकाल अरविंद जी। सत श्री अकाल सुरिंदर जी, दसो की कहंदे हो। हाँ जी, ये जेडे अपने पिंडा दे विच, पिंडा विच ही ज्यादा ना नुकर हुंदी है, वैसे शहरा विच तां इन्ना कोई, क्योंकि थां थां तो लोग आके वसे हुंदे आ, उन्हां दे ख्याल होर हुंदे आ, है ना जी, जी, जी। ते जेडे पिंडा विच आ ओहदे विच तां रिश्तेदारी दे विच, रिश्तेदारी जे कोई मिलदा सी ना ते ओहनू प्रेफरेंस दिंदे सीगे पहलां। अच्छा, क्योंकि जाने पछाने रिश्तेदार है, सानू कोई भी चीज पुछन दी नहीं लोड़ के कुड़ी दी मां कहो जी आ जां प्यो कहो जाए जां रिश्ते किवें आ, मासी नू सारा कुछ पता हुंदा है। ते मासी ते भूआ अपने मतलब जेठ दे मुंडिया नू, देवर दे मुंडिया नू रिश्ते, मतलब पुरानियां रीतां ए ते लैके जांदियां रहियां। अच्छा, कोई एहदे विच 1% भी ना वाली गल नहीं गी। अच्छा ठीक है, ठीक है। हां जी, इत्थे ते मासी दा पुत्तर ही नहीं है। पता की है, हुण जिहड़े साडे ਉੱਥੇ ਬਠਿੰਡੇ ਗੁਆਂਢੀ ਸੀਗੇ ਤੇ ਉਹ ਮਾਸੀਆਂ ਦਿਆਂ ਨੂੰ ਵੀ ਕਰ ਦਿੰਦੇ ਆ ਬੱਚਿਆਂ ਨੂੰ ਰਿਸ਼ਤੇ, ਤੇ ਮਾਮਿਆਂ ਦੇ ਵੀ ਕਰ ਦਿੰਦੇ ਆ। ਅੱਛਾ, ਤੇ ਮੁਸਲਮਾਨ ਵੀ ਇਸ ਤਰ੍ਹਾਂ ਕਰ ਦਿੰਦੇ ਹੈਗੇ ਆ। ਤੇ ਜੇ ਜੈਨੇਟਿਕ ਵੀ ਆਪਾਂ ਮਤਲਬ ਜਿਹੜੀ ਤੁਸੀਂ ਗੱਲ ਕੀਤੀ ਸੀ, ਤੇ ਫਿਰ ਅੱਜ ਤੱਕ ਮੁਸਲਮਾਨ ਕਿਉਂ ਨੀ ਬੰਦ ਹੋਏ, ਉਹਨਾਂ ਦੇ ਬੱਚਿਆਂ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੁੰਦੀ ਗੀ। ਓਕੇ, ਨਹੀਂ ਇਹ ਸੋਚ ਹੈ, ਜਦੋਂ ਆਪਾਂ ਮੈਡੀਕਲੀ ਵੀ ਲੱਭਦੇ ਆ ਕੋਈ, ਜੇ ਕੋਈ ਇਸ ਤਰ੍ਹਾਂ ਦੀ ਹੋਵੇ। ਹੁਣ ਆਪਣੇ ਥੱਲੇ ਰਹਿੰਦੀ ਹੁੰਦੀ ਸੀ, ਉਹਨਾਂ ਨੇ ਚਾਚੇ ਦੇ ਮੁੰਡੇ ਨੂੰ ਕੁੜੀ ਦਾ ਰਿਸ਼ਤਾ ਕਰਤਾ, ਦੇਖ ਲਓ। ਚਾਚੇ ਦੇ ਮੁੰਡੇ ਨੂੰ ਤੇ ਫਸਟ ਕਜ਼ਨਸ ਹੋ ਗਏ, ਬਿਲਕੁਲ ਫਸਟ ਕਜ਼ਨ ਹੋ ਗਏ ਆ। ਪਰ ਉਹ ਕਹਿੰਦੇ ਸਾਡੇ ਦਾਦੇ ਦਾਦੀ ਨੇ ਖੁਦ ਉਹ ਮਤਲਬ ਦੁਬਈ ਤੋਂ ਆਏ ਇੱਥੇ ਰਿਸ਼ਤਾ ਕੀਤਾ, ਤੇ ਕਹਿੰਦੇ ਸਾਡੇ ਆਪ ਹੀ, ਮੈਂ ਆਖਿਆ ਤੁਹਾਡੇ ਕੋਈ ਇਤਰਾਜ਼ ਨਹੀਂ ਕਰਦਾ, ਕਹਿੰਦੇ ਦਾਦੇ ਨੇ ਸਾਡੇ ਨੇ ਆਪ ਹੀ ਮਤਲਬ ਦੋਨੇ ਪੋਤੇ ਪੋਤੀ ਦਾ ਆਪਸ ਵਿੱਚ ਰਿਸ਼ਤਾ ਜੋੜਤਾ। ਕਿ ਉਹ ਕਹਿੰਦੇ ਵੀ ਏਦੂ ਚੰਗਾ ਹੋਰ ਕੀ ਹੋਊਗਾ, ਅਸੀਂ ਬਾਹਰ ਕਿਉਂ, ਜਿਹੜੇ ਇਹ ਲੋਕ ਹੁੰਦੇ ਆ ਨਾ ਮੁਸਲਮਾਨ, ਮੈਂ ਕਹਿ ਤਾਂ ਕਈ ਵਾਰੀ ਦੇਖਣ ਵਿੱਚ ਲੱਗਦਾ ਕਿਉਂਕਿ ਆਪਣੇ ਭੈਣ ਭਰਾ ਸਾਰੇ ਦੇਖਦੇ ਹੁੰਦੇ ਆ, ਪੋਪੂਲਰ ਹੈਗਾ ਕਿ ਉਹ ਕਰਦੇ ਨੇ ਨਾ। ਹਾਂਜੀ, ਉਹ ਕਰਦੇ ਆ, ਉਹ ਤੇ ਪ੍ਰੈਫਰੈਂਸ ਦਿੰਦੇ ਆ, ਬਸ ਮਤਲਬ ਉਹ ਕਹਿ ਦਿੰਦੇ ਆ ਇੱਕ ਕੁੜੀ ਨੂੰ ਬਾਹਰ ਭੇਜਿਆ ਸੀ ਉਹੀ ਦੁਖੀ ਰਹੀ ਆ, ਵੀ ਮਤਲਬ ਬਾਹਰਲੀ ਕਮਿਊਨਿਟੀ ਵਿੱਚ ਜਿੱਥੇ ਨਹੀਂ ਜਾਣਦਾ ਹੁੰਦਾ ਗਾ। ਬਹੁਤ ਜ਼ਿਆਦਾ ਜਿਹੜਾ ਇਨਬਰੀਡ ਹੈ ਨਾ, ਉਹਨੂੰ ਕਹਿੰਦੇ ਆ ਸੀ ਕਿ ਉਹਦੇ ਵਿੱਚ ਸਾਇੰਟੀਫਿਕਲੀ ਕਹਿੰਦੇ ਆ ਕਿ ਪ੍ਰੋਬਲਮ ਪਰ ਦੇਖਿਆ ਕੋਈ ਹੈ ਤਾਂ ਨਹੀਂ ਗਾ ਨਾ, ਕੋਈ ਕੋਈ ਇਸ਼ੂਜ਼ ਹੈਗੇ ਆ ਜਿਹੜੇ ਕਿ ਜ਼ਿਆਦਾ ਉਹਨਾਂ ਫੈਮਿਲੀਆਂ ਚ ਆਉਂਦੇ ਆ ਜਿਹੜੇ ਜੈਨੇਟਿਕਲੀ ਇਨਬਰੀਡ ਕਰੀ ਜਾਂਦੇ ਆ। ਪਰ ਮੈਂ ਨਹੀਂ, ਨਹੀਂ ਹਰ ਥਾਂ ਤੇ ਆਪਾਂ ਸਾਇੰਸ ਨੂੰ ਵੀ ਨਹੀਂ, ਸਾਇੰਸ ਠੀਕ ਆ, ਸਾਇੰਸ ਆਪਣੀ ਥਾਂ ਤੇ ਉਹਦੀਆਂ ਕਾਢਾਂ ਹੈਗੀਆਂ ਏ। ਜੀ ਜੀ ਜੀ, ਸਮਝ ਬਿਲਕੁਲ, ਅਸੀਂ ਸਾਇੰਸ ਦੇ ਮੁਤਾਬਕ ਚੱਲਣ ਲੱਗ ਗਏ। ਅੱਗੇ ਕਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਸਾਇੰਸ ਸੀਗੀ ਪਹਿਲਾਂ, ਤੇ ਫੇਰ ਵੀ ਦੁਨੀਆ ਬਹੁਤ ਸਿਆਣੀ ਸੀਗੀ। ਅੱਜ ਸਾਇੰਸ ਆ ਗਈ ਆ, ਉਹ ਆਪਣੇ ਥਾਂ ਤੇ ਆ, ਉਹਦੇ ਸਾਨੂੰ ਅੱਡ ਲਾਭ ਹੈਗੇ ਆ। ਠੀਕ ਹੈ, ਸੋ ਇਹਨਾਂ ਇਸ ਸਿਚੁਏਸ਼ਨ ਦੇ ਵਿੱਚ ਤੇ ਤੁਸੀਂ ਕਹਿੰਦੇ ਹੋ ਕਿ ਅੱਜ ਕੋਈ ਵੀ ਤੁਹਾਨੂੰ ਇਹੋ ਜਿਹਾ ਨਹੀਂ ਮਿਲੂਗਾ ਫੋਨ ਦੇ ਉੱਤੇ ਜਿਹੜਾ ਇਹਨੂੰ ਕੋਈ ਕਵੇ, ਤੇ ਕੁੜੀ ਬਿਲਕੁਲ ਨਾ ਸੋਚੇ, ਉਹਦੇ ਮਾਂ ਪਿਓ ਨੂੰ ਵੀ ਸੋਚਣ ਦੀ ਲੋੜ ਨਹੀਂ ਗੀ, ਤੇ ਉਹ ਮਤਲਬ ਰਿਸ਼ਤਾ 100% 105% ਮਤਲਬ ਰਿਸ਼ਤਾ ਮਤਲਬ ਹੈਗਾ। ਠੀਕ ਹੈ, ਬਹੁਤ ਵਧੀਆ ਜੀ, ਕਦੀ ਬੋਲੇ ਨੀ ਉਸ ਫੈਮਿਲੀ ਚ, ਪਿਓ ਕਰਕੇ ਦੋਨਾਂ ਦੇ ਪਿਓ ਦੇ ਕਰਕੇ ਸੀ, ਹੁਣ ਇਹਦਾ ਕੁੜੀ ਦਾ ਪਿਓ ਰਿਹਾ ਨੀ, ਸੋ ਇੱਕ ਥੋੜੀ ਜੀ ਝਿਜਕ ਉਸ ਪਾਸੇ ਦੀ ਵੀ ਹੈਗੀ ਹੈ, ਸੋ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਉਹ ਵੀ ਜ਼ਰੂਰ ਦੱਸੋ। ਇੱਕ ਜਿਹੜੀ ਗੱਲਬਾਤ ਹੋ ਰਹੀ ਸੀ ਉਹਦੇ ਹਿਸਾਬ ਨਾਲ ਤਾਂ ਲੱਗਦਾ ਕਿ ਚਲੋ ਇਹ ਜੁੜਨਗੇ ਤੇ ਸ਼ਾਇਦ ਭੈਣਾਂ ਵੀ ਜੁੜ ਜਾਣ, ਵਿਚ ਇਜ਼ ਅ ਗੁੱਡ ਥਿੰਗ, ਯੂ ਨੋ, ਉਹ ਤਾਂ ਇੱਕ ਅੱਛਾ ਰਿਜ਼ਲਟ ਹੋਏਗਾ ਉਸ ਚੀਜ਼ ਦਾ। ਪਰ ਹੋਰ ਕੁਛ ਤੁਹਾਡੇ ਦਿਮਾਗ 'ਚ ਆਏ ਤਾਂ ਜ਼ਰੂਰ ਦੱਸੋ। ਮੈਂ ਲੈਣੀ ਹਾਂ ਇੱਕ ਹੋਰ ਕਾਲ। ਹੈਲੋ ਹੈਲੋ ਅਰਵਿੰਦ ਜੀ। ਹਾਂਜੀ ਸੁਦਰਸ਼ਨ ਜੀ, ਕੀ ਕਹਿੰਦੇ ਹੋ? ਭਾਈ ਬੜੀ ਕੰਪਲੀਕੇਟਿਡ ਇੰਟਰਸਟਿੰਗ ਕਹਾਣੀ ਹੈ। ਹਾਂਜੀ, ਸਭ ਤੋਂ ਪਹਿਲੇ ਤਾਂ ਤੁਹਾਡੀ ਐਨਕ ਦੇ ਉੱਪਰ ਇੱਕ ਸ਼ਬਦ ਬੋਲਾਂਗੀ, ਅੱਜ ਪਹਿਲੀ ਵਾਰੀ ਦੇਖਿਆ ਐਨਕ ਲਗਾਏ ਹੋਏ। ਹਾਂਜੀ, ਵੀ ਚਸ਼ਮਾ ਕਿਉਂ ਲਗਾਇਆ ਹੈ? ਆਪਨੇ ਉੱਤਰ ਦਿਆ ਕਿ ਬੜੇ ਯਤਨ ਸੇ ਕਾਜਲ ਸੇ ਇਹਨੇ ਸਜਾ ਰੱਖੀ ਹੈ, ਹਮਨੇ ਆਂਖੋਂ ਕੋ ਝੀਲੇ ਬਣਾ ਰੱਖੀ ਹੈ, ਔਰ ਆਪਸੇ ਦੀਵਾਨੇ
आपसे दीवाने झीलों में ना कूद पड़े, इसलिए एक दीवार शीशे की उठा रखी है। That's cute. So ये बात है। ठीक है। मुद्दे आ जाइए। हाँ जी दसो। ओदा कोई चाचा दा पुत्तर नहीं है। ए मैं पहले बिलीव कर लिया कि ब्लड रिलेशन च नहीं होनी चाहिए। ठीक है। हाँ जी। ते दूसरा है ओदा सक्का मासी दा पुत्तर भी नहीं है। So एदा मतलब बेसिकली एदी मदर ते मुंडे दे मापियो दा कोई रिश्ता नहीं है। कोई रिश्ता नहीं। Exactly. बिल्कुल। एदा कोई कुछ नहीं है, कोई रिश्ता नहीं है। He is not the cousin. ठीक है। ये और मन नहीं कि वो कजन है। जी जी। ये तो होते है कि मतलब कोई तुसी नाल रहंदे हो ते तुसी भैन दी शक्ल रूप तो नु देख रहे हो ते फिर तोड़ा मन नहीं मनदा कि मैं नहीं करना गल लग गया। दैट इज ट्रू। जे नेड़े नेड़े रहंदे हो रोज तुसी पैंट्रा वाकन नहीं मन मनदा। लेकिन साडे रिश्तेदारियां छोड़े देने, साडे अपने घरां छोड़े देने, बुआ दे घर होई दी कुड़ियां गई दियां ने आपे मांग के लैंदियां कि बाहरों कुड़ी देखनी है भतीजी कि उन्हां लैला। साडे घरां छोड़े देने, मासी दा पुत्तर दे होए देने, पर ओए नहीं कि ओ नाल नाल रहंदे सी इकट्ठे ओदे। अगर ये भावना होवे ते नहीं हो सकदा, फिर ते आप नु बच्चा ही नहीं मनदा। पर ये ओदा कजन नहीं है, बिल्कुल ये अपना मुंह हेलो हाँ जी हेलो हाउ आर यू हाय हु इज दिस आई एम कॉलिंग फॉर जस्ट टीवी हाँ जी जस्ट टीवी ते यू गॉट द राइट कॉल यू आर ऑन एयर एवरीबडी कैन हियर यू टेल मी व्हाट डू यू वांट टू से गो हेड प्लीज टीवी डोंट लिसन टू द टीवी लिसन टू द फोन I'm sorry you have to call back because koi bhi jadon call karde ho dhyan deo on the phone because there's a lag so sadi gal theek tarah nahi hundi please call back let me take another call meanwhile hello haan ji sat sri akal tv da volume kata do phone te sad naal gal karo haan ji dasso kon bol rahe ho ji hello hello haan ji sat sri akal sat sri akal बरादरी के किस तरह केड़ी ब्रादरी अपने जेकरा जट होंदे आ अपने रामगढ़िया होंदे आ नहीं मैं ओ नहीं कह सकदी ना ही मैनू पता है ना मैं ओदी ओदा सिग्निफिकेंस नहीं है कोई भी पंजाबी बोलदे है इस पीछे पंजाबी चैनल ते उत्ते जुड़े हुए ने साडे नाल बस इतना पता चलो नहीं मेरा कहन तो भाव जेड़ा जेड़ा इन ऑब्जेक्शन करदे आ जेड़े जेड़े सी ना अपने होंदे की कहंदे ओनू अपने कुछ बरादरियां ने रिश्ते जुड़ते ही रहे पता नहीं हल गए नहीं हल गए एक तो गल है ना इस करके ऑब्जेक्शन नहीं करना अपना ठीक नहीं ठीक है ऑब्जेक्शन नहीं करना है ना क्योंकि रिश्ते ਪੈਣਾ ਪੈਣਾ ਸਿੱਧੀਆਂ ਜੋੜਦੀਆਂ ਰਹੀਆਂ ਕਨੇ ਸਾਡੇ ਆਮ ਅੱਛਾ ਅੱਛਾ ਹਾਂ ਇਹ ਹੁੰਦੇ ਰਹੇ ਸਾਡੇ ਕੋਲ ਅਸੀਂ ਤਾਂ ਇਸ ਕੰਮ 'ਚ ਪੈ ਰਹੇ ਨਾ ਬਹੁਤ ਤੇ ਦੂਜੇ ਪਾਸੇ ਹੁਣ ਜਿਹੜੀ ਦੂਜੀ ਗੱਲ ਤੁਸੀਂ ਅੜਚਨ ਦੀ ਗੱਲ ਕਰਦੇ ਆ ਨਾ ਇਹ ਜਿਹੜਾ ਪਹਿਲਾਂ ਮੁੰਡਾ ਹੈ ਨਾ ਉਹ ਪਹਿਲਾਂ ਆਪਣੇ ਬਾਪ ਨਾਲ ਤੇ ਜਿਹੜੀ ਉਹਦੀ ਦੂਜੀ ਮਾਂ ਬਣੀ ਉਹਨਾਂ ਨਾਲ ਪਹਿਲਾਂ ਇਹ ਗੱਲ ਕਰ ਲਵੇ ਵੀ ਜੇ ਮੈਂ ਰਿਸ਼ਤਾ ਜੋੜਾਂ ਵੀ ਕੋਈ ਆਪਾਂ ਨੂੰ ਕੱਲ ਨੂੰ ਵਿੱਚ ਰੌਲਾ ਤਾਂ ਨਹੀਂ ਪਊ ਕਿਸੇ ਗੱਲ ਦਾ ਉਹਨਾਂ ਨੂੰ ਆਪਣੇ ਮਾਂ ਪੇ ਆਪਣੇ ਮਾਂ ਪੇ ਨਾਲ ਗੱਲ ਕਰ ਲਵੇ ਮੁੰਡਾ ਠੀਕ ਨਹੀਂ ਠੀਕ ਹੈ ਠੀਕ ਨਹੀਂ ਬਹੁਤ ਵਧੀਆ ਮਾਂ ਪੇ ਨਾਲ ਆਪਣੇ ਗੱਲ ਹਾਂਜੀ ਉਹਨਾਂ ਨਾਲ ਗੱਲ ਮੁੰਡਾ ਕਰ ਲਵੇ ਠੀਕ ਨਹੀਂ ਜੀ ਤੇ ਉਧਰੋਂ ਲੜਕੀ ਫਿਰ ਆਪਣੇ ਆਪਣੇ ਮਾਂ ਪੇ ਨਾਲ ਗੱਲ ਕਰਕੇ ਸਮਝਾ ਦੇਵੇ ਵੀ ਸਾਡਾ ਕੱਲ ਨੂੰ ਕੋਈ ਰੌਲਾ ਨਹੀਂ ਪਊਗਾ ਜਿਹੜਾ ਤੁਸੀਂ ਕਿੰਨੇ ਭੈਣਾਂ ਦਾ ਰੌਲਾ ਨਾ ਪੈ ਗਿਆ ਠੀਕ ਹੈ ਇਸ ਤੇ ਕੀ ਫਰਕ ਪਊਗਾ ਨਾ ਇਹ ਮਤਲਬ ਹੈ ਕਹਿਣ ਤੋਂ ਠੀਕ ਨਹੀਂ ਹਾਂਜੀ
ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ ਗਿਆਨ ਸਿੰਘ ਜੀ. ਲੈਂਦੇ ਇੱਕ ਛੋਟੀ ਜਿਹੀ ਬ੍ਰੇਕ. ਯੂ ਡੋਂਟ ਗੋ ਐਨੀਵੇਅਰ ਐਂਡ ਕੀਪ ਕਾਲਿੰਗ. ਵੈਲਕਮ ਬੈਕ, ਸਾਰਿਆਂ ਦਾ ਸਵਾਗਤ ਹੈ. ਯਾ ਜਿਸ ਤਰ੍ਹਾਂ ਗਿਆਨ ਸਿੰਘ ਜੀ ਨੇ ਕਿਹਾ ਕਿ ਵਾਕਈ ਮੈਨੂੰ ਲੱਗਦਾ ਇਹ ਵੀ ਇੱਕ ਅੱਛਾ ਪੁਆਇੰਟ ਹੈ ਕਿ ਮੁੰਡਾ ਆਪਣੇ ਘਰ ਨਾਲ ਯੂ ਨੋ ਗੱਲ ਜ਼ਰੂਰ ਕਰ ਲਏ ਕਿ ਉਹ ਐਕਸੈਪਟੈਂਸ ਜ਼ਰੂਰ ਹੋਏ ਕੁੜੀ ਦੀ. ਜਿੱਥੇ ਜਾ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਬੱਚੀ ਵੈਲਕਮ ਹੋਏ. ਸੋ ਇਹਨਾਂ ਵੱਲੋਂ ਜਿਵੇਂ ਮੈਨੂੰ ਲੱਗਦਾ ਲੀਗਲੀ ਕੋਈ ਇਸ਼ੂ ਨਹੀਂ ਹੈ, ਮੋਰਲੀ ਐਥੀਕਲੀ ਕੋਈ ਇਸ਼ੂ ਨਹੀਂ ਹੈ, ਸੋਸ਼ਲੀ ਵੀ ਤੁਸੀਂ ਸਾਰੇ ਪੂਰੀ ਤਰ੍ਹਾਂ ਇਜਾਜ਼ਤ ਦੇ ਰਹੇ ਹੋ ਔਰ ਕਹਿ ਰਹੇ ਹੋ ਕਿ ਨਹੀਂ ਕੋਈ ਕੋਈ ਮਤਲਬ ਸੈਕਿੰਡ ਥਾਟ ਹੀ ਨਹੀਂ ਹੈ, ਜ਼ਰੂਰ ਹੋ ਸਕਦਾ ਰਿਸ਼ਤਾ. ਸੋ ਸੋਸ਼ਲੀ ਵੀ ਕੋਈ ਪ੍ਰੋਬਲਮ ਨਹੀਂ ਹੈ. ਪਰਸਨਲੀ ਹੁਣ ਯੂ ਨੋ ਜਿਸ ਤਰ੍ਹਾਂ ਮਾਂ ਦੇ ਦਿਮਾਗ 'ਚ ਹੈ ਕਿ ਦੋਨਾਂ ਦੇ ਪਿਓ ਕਦੀ ਬੋਲੇ ਨਹੀਂ, ਉਸ ਘਰ ਦੇ ਵਿੱਚ ਕੁੜੀ ਭੇਜਣੀ ਹੈ, ਉਹ ਬੜਾ ਪਰਸਨਲ ਇਸ਼ੂ ਹੈ. ਐਂਡ ਦੂਸਰਾ ਆਈ ਥਿੰਕ ਜਿਹੜੀ ਗਿਆਨ ਸਿੰਘ ਜੀ ਨੇ ਇੱਕ ਪੁਆਇੰਟ ਰੇਜ਼ ਕੀਤਾ ਹੈ ਕਿ ਉਸ ਘਰ ਦੇ ਵਿੱਚ ਕੁੜੀ ਵੈਲਕਮ ਹੋਣੀ ਚਾਹੀਦੀ, ਇਸ ਪਿੱਛੇ ਉਹਨਾਂ ਦੀ ਇਨਵੋਲਵਮੈਂਟ ਕਿੰਨੀ ਹੈ, ਉਹਨਾਂ ਦੇ ਨਾਲ ਮੁੰਡਾ ਜ਼ਰੂਰ ਗੱਲ ਕਰ ਲਏ ਔਰ ਉਹ ਕਿੰਨਾ ਕੁ ਕਲੋਜ਼ ਹੈਗਾ ਆਪਣੇ ਪੇਰੈਂਟਸ ਨਾਲ, ਉਹ ਵੀ ਯੂ ਨੋ ਉਸ 'ਤੇ ਵੀ ਨਿਰਭਰ ਕਰਦਾ ਹੈ. ਸੋ ਲੈਟਸ ਸੀ ਹੋਰ ਸਾਰੇ ਕੀ ਕਹਿ ਰਹੇ ਹੈ, ਇਹਨਾਂ ਨੂੰ ਪੁੱਛਦੇ ਹਾਂ. ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਪਲੀਜ਼ ਧਿਆਨ ਦਿਓ ਫੋਨ ਦੇ ਉੱਤੇ ਸਮਾਂ. ਹੈਲੋ, ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਲੱਜਾਵਤੀ ਬੋਲ ਰਹੀ ਹਾਂ ਡੈਨਾ ਪੁਲਿਸ ਤੋਂ. ਹਾਂਜੀ ਹਾਂਜੀ, ਲੱਜਾਵਤੀ ਜੀ ਕੀ ਕਹਿੰਦੇ ਹੋ? ਮੈਂ ਸੁਣਿਆ ਨਹੀਂ ਤੁਹਾਡਾ ਵਿਸ਼ਾ, ਮੈਂ ਕੱਪੜੇ ਧੋਣ ਤੇ ਉੱਤੇ. ਚਲੋ ਤੁਸੀਂ ਫਿਰ ਦੁਬਾਰਾ ਕਾਲ ਕਰੋ ਜਦੋਂ ਮਿਲ ਥੋੜੀ ਜੀ ਯੂ ਨੋ ਰਿਪੀਟ ਕਰਾਂਗੇ ਫੇਰ ਕਾਲ ਕਰਿਓ. ਹੈਲੋ, ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ, ਹਾਂਜੀ ਆਂਟੀ ਜੀ ਦੱਸੋ. ਆਂਟੀ ਜੀ ਤਾਂ ਇੱਕ ਵੱਖਰੀ ਗੱਲ ਕਵੇਗੀ, ਦੱਸੋ. ਸਾਰੇ ਕਹੀ ਜਾਂਦਾ ਰਿਸ਼ਤਾ ਹੋ ਸਕਦਾ, ਮੈਨੂੰ ਪਤਾ ਹੋ ਸਕਦਾ, ਤੁਹਾਨੂੰ ਪਤਾ ਹੋ ਸਕਦਾ, ਰਿਸ਼ਤੇਦਾਰੀ ਵਿੱਚ ਨਹੀਂ ਹੈਗੀ. ਠੀਕ ਹੈ, ਜਦ ਤੱਕ ਇਹਦੀ ਮਾਸੀ ਐਗਰੀ ਨਾ ਹੋਵੇਗੀ, ਇਹਦੀ ਮੰਮੀ ਨੂੰ ਐਗਰੀ ਨਾ ਹੋਵੇਗੀ, ਭੈਣਾਂ ਵਰਤੀਆਂ ਨੇ ਸਾਰੀ ਉਮਰਾਂ ਬੋਲੀਆਂ ਨਹੀਂ, ਉਹਨਾਂ ਦਾ ਘੱਟ ਹੋਵੇ. ਹਾਂਜੀ, ਰਿਸ਼ਤਾ ਬਣ ਜਾਂਦਾ, ਲੜਕਾ ਚਾਹੁੰਦਾ, ਲੜਕੀ ਚਾਹੁੰਦੀ. ਕੱਲ ਨੂੰ ਭੈਣਾਂ ਭੈਣਾਂ ਜਦੋਂ ਅੰਮਾ ਜਾਈਆਂ ਨਹੀਂ ਵਰਤੀਆਂ ਤੇ ਇਹ ਭਾਂਜੀ ਕਦੋਂ ਬਣ ਜਾਏਗੀ? ਭਾਵੇਂ ਉਹਦੇ ਹਸਬੈਂਡ ਦੀ ਨੂੰਹ ਹੀ ਬਣੇਗੀ. ਉਹ ਮੁੰਡਾ ਕਿਵੇਂ ਨੇ ਆਪਣੇ ਜਿਹੜੇ ਉਹਦੇ ਫਾਦਰ ਦੇ ਬੱਚੇ ਉਹਨਾਂ ਨਾਲ ਕਿਵੇਂ ਨਹੀਂ ਵਰਤੇਗਾ, ਕਿਵੇਂ ਨਹੀਂ ਜਾਏਗਾ, ਕਿਵੇਂ ਨਹੀਂ ਆਏਗਾ? ਕੱਲ ਨੂੰ ਕੋਈ ਪ੍ਰੋਬਲਮ ਮਾਸੀ ਖੜੀ ਕਰ ਦਿੰਦੀ, ਮੇਰੇ ਮੈਨੂੰ ਨਹੀਂ ਸੀ ਪਤਾ ਮੇਰੀ ਭੈਣ ਨਾਲ ਕੋਈ ਵਰਤ ਵਰਤਾ ਨਹੀਂ, ਤੇ ਮੇਰੀ ਮੈਂ ਤੁਸੀਂ ਮੇਰੇ ਪੁੱਛੇ ਕੋਈ ਰਿਸ਼ਤਾ ਕਿਉਂ ਕੀਤਾ? ਪੁੱਛੇ ਬਿਨਾਂ ਨਹੀਂ ਕਰ ਰਹੇ, ਮਾਂ ਨਾਲ ਹੀ ਪੁੱਛ ਰਹੀ ਹੈ ਹੁਣ ਉਹ. ਹਾਂ ਨਹੀਂ, ਮਾਂ ਦੀ ਗੱਲ ਨਹੀਂ ਕਰਦੀ, ਮੈਂ ਲੜਕੇ ਦੀ ਗੱਲ ਕਰ ਰਹੀ ਹਾਂ. ਤੇ ਉਹਨਾਂ ਉਹ ਬੇਸ਼ੱਕ ਅਲੱਗ ਰਹਿੰਦਾ, ਅੱਜ ਕੱਲ੍ਹ ਬੱਚੇ ਆਮ ਹੀ ਅਲੱਗ ਰਹਿ ਰਹੇ ਨੇ, ਪੜ੍ਹਦੇ ਨੇ, ਰਾਈਟ. ਤੇ ਉਹ ਵੇਖਣਾ ਤੁਸੀਂ ਉਹਨੂੰ ਆਪਣੀ ਮਾਸੀ ਨਾਲ ਬਹਿ ਕੇ ਸਲਾਹ ਕਰੇ, ਉਹਨੇ ਜੋ ਹੋਰ ਕੋਈ ਬੱਚੇ ਨੂੰ ਉਹਨਾਂ ਨੂੰ ਕੋਲ ਬਿਠਾਵੇ ਜੇ ਉਹਦੇ ਫਾਦਰ ਦੇ ਹੈਗੇ ਨੇ, ਤੇ ਇਹਦੀ ਮੰਮੀ ਨੂੰ ਇਹ ਕਹੇ ਤੇ ਇਹ ਤਾਂ ਮੰਮੀ ਨੇ ਆਪਣੀ ਨੂੰ ਅੱਜ ਵੀ ਕਹੇ ਵੀ ਕੱਲ ਵੀ ਕਹੇ ਮੰਮੀ ਜੇ ਮਾਸੀ ਚਾਹੁੰਦੀ ਹੈ ਤਾਂ ਆਪਾਂ ਕਰ ਲੈਂਦੇ ਹਾਂ, ਜਾਂ ਮੁੰਡਾ ਰਾਜੀ ਮੇਰਾ ਜੀ ਰਾਜ, ਮਾਂ ਤਾਂ ਕਹਿ ਦੇਗੀ ਕਰ ਦਿਓ. ਪਰ ਕੱਲ ਨੂੰ ਮਾਸੀ ਜਿਹੜੀ ਸਾਰੀ ਜ਼ਿੰਦਗੀ ਆਖਰ ਤਾਂ ਮਾਸੀ ਦਾ ਪੁੱਤਰ, ਉਹਦੇ ਹਸਬੈਂਡ ਦਾ ਪੁੱਤਰ ਹੈ, ਤਾਂ ਪਾਲਿਆ ਤਾਂ ਉਹਨੇ ਹੀ ਹੈ ਨਾ, ਉੱਥੋਂ ਪ੍ਰੋਬਲਮ ਨਾ ਕੋਈ ਸ਼ੁਰੂ ਹੋ ਜਾਵੇ. ਰਿਸ਼ਤੇ ਉਹਨੂੰ ਕੋਈ ਡਰ ਨਹੀਂ ਬੇਟੇ, ਅੱਜ ਸਾਡੇ ਕੋਲ ਸੱਕੀਆਂ ਭਤੀਜੀਆਂ ਲਾਈਆਂ ਨੇ, ਸੱਕੀਆਂ ਪਾਣੀ ਲੋਕੀ ਆਏਗਾ, ਅਸੀਂ ਮਸੇ ਮੁੰਡੇ ਸੈੱਟ ਕੀਤੇ ਨੇ, ਸਾਡੀਆਂ ਆਪਣੀਆਂ ਆਉਣ, ਉਹ ਰਿਸ਼ਤਾ ਬਣ ਸਕਦਾ, ਕੁੜੀ ਦਾ ਕੁਛ ਨਹੀਂ ਲੱਗਦਾ ਉਹ. ਲੇਕਿਨ ਮਾਸੀ ਦੀ ਫੈਮਿਲੀ ਵਿੱਚੋਂ ਜਿਹੜੀ ਸਲਾਹ ਨਿਕਲਣੀ ਚਾਹੀਦੀ ਹੈ, ਰਿਸ਼ਤਾ ਬੇਸ਼ੱਕ ਸਵੇਰੇ ਕਾਰਨ ਕੱਲ੍ਹ ਕੱਲ੍ਹ ਨੂੰ ਕੋਈ ਨਾ ਕੋਈ ਪ੍ਰੋਬਲਮ ਬੇਟੇ ਜ਼ਰੂਰ ਕੱਢਦੀਆਂ ਨੇ. ਬਹੁਤ ਵਧੀਆ ਆਂਟੀ ਜੀ, ਸੋ ਬਿਲਕੁਲ ਆਂਟੀ ਜੀ ਦਾ ਵੀ ਉਹੀ ਪੁਆਇੰਟ ਹੈ ਗਿਆਨ ਸਿੰਘ ਜੀ ਵਾਲਾ, ਕਿ ਉਹਨਾਂ ਦੇ ਮੁੰਡੇ ਦੀ ਫੈਮਿਲੀ ਤੋਂ ਵੀ ਇੱਕ ਪਤਾ ਲੱਗਣਾ ਚਾਹੀਦਾ ਕਿ ਉਹ ਕੀ ਸੋਚ ਰਹੇ ਨੇ, ਉਹ ਕਿੱਥੇ ਤੱਕ ਰੈਡੀ ਨੇ ਇਸ ਕੁੜੀ ਨੂੰ ਵੈਲਕਮ ਕਰਨ ਵਾਸਤੇ. ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ. ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਹਰਮਿੰਦਰ ਜੀ, ਕੀ ਕਹਿੰਦੇ ਹੋ? ਮੈਂ ਤੇ ਇਹ ਕਹਾਂਗੀ ਕਿ ਵੈਨ ਮਾਸੀ ਬਾਇਓਲੋਜੀਕਲ ਮਦਰ ਨਹੀਂ ਹੈ, ਬਿਲਕੁਲ, ਤੇ ਉਹਨੂੰ ਸੋਚਣਾ ਵੀ ਨਹੀਂ ਚਾਹੀਦਾ. ਸ਼ੀ ਲਵਸ ਦੈਟ ਬੋਏ, ਦੈਟਸ ਫਾਈਨ. ਠੀਕ ਹੈ, ਆਈ ਅੰਡਰਸਟੈਂਡ ਕਿ ਉਹਨਾਂ ਦੀ ਭੈਣਾਂ ਦੀ ਨਹੀਂ ਬਣਦੀ ਸੀ, ਪਰ ਮਾਸੀ ਹੈ, ਮਾਸੀ ਨੂੰ ਮਨਾਉਣਾ ਕਿਹੜਾ ਔਖਾ ਹੈ? ਮਤਲਬ ਉਹੀ ਲਿੰਕ ਹੀ ਨਹੀਂ ਰਿਹਾ ਨਾ ਇੰਨੇ ਸਾਲਾਂ ਤੋਂ. ਸੋ ਹੁਣ ਕੀ ਪਤਾ ਉਹ ਥੈਂਕ ਹੀ ਕਰਨ ਕਿ ਹਾਂਜੀ ਇਕੱਠੀਆਂ ਹੋ ਗਈਆਂ, ਫਿਰ ਹੂ ਨੋਜ਼. ਆਈ ਅੰਡਰਸਟੈਂਡ, ਹੋ ਵੀ ਸਕਦੀਆਂ ਨੇ ਕਿਉਂਕਿ ਖੂਨ ਦਾ ਰਿਸ਼ਤਾ ਹੈ, ਦੇ ਕੈਨ ਟਾਕ, ਰਾਈਟ. ਕਿਉਂਕਿ ਭੈਣ ਹੈਗੀ ਹੈ, ਭੈਣ ਨਾਲ ਗੱਲ ਕਰਨੀ ਬੜੀ ਈਜ਼ੀ ਹੈ. ਮੈਂ ਚਾਹੁੰਦੀ ਹਾਂ ਦੋਨੋਂ ਭੈਣਾਂ ਆਪਸ 'ਚ ਗੱਲ ਕਰਨ ਕਿ ਇਹ ਸਿਚੁਏਸ਼ਨ ਹੈਗੀ ਹੈ, ਵਟ ਡੂ ਯੂ ਥਿੰਕ? ਜਿਸ ਗਿਆਨ ਸਿੰਘ ਜੀ ਨੇ ਕਿਹਾ ਉਹਨੂੰ ਪੇਰੈਂਟਸ ਨਾਲ ਗੱਲ ਕਰਨੀ ਚਾਹੀਦੀ ਹੈ. ਮੈਂ ਤੇ ਇਹ ਚਾਹੁੰਦੀ ਹਾਂ ਕਿ ਦੋਨੋਂ ਭੈਣਾਂ ਆਪਸ 'ਚ ਗੱਲ ਕਰਨ ਕਿ ਵਟ ਦੇ ਵਟ ਸ਼ੀ ਨੀਡਸ, ਰਾਈਟ ਰਾਈਟ. ਕੁੜੀ
ਉਹਦਾ ਵੈਲਕਮ ਹੋਣਾ ਚਾਹੀਦਾ। ਆਈ ਐਗਰੀ ਟੂ ਦੈਟ, ਪਰ ਜੇ ਭੈਣਾਂ ਭੈਣਾਂ ਗੱਲ ਕਰਨਗੀਆਂ ਉਹ ਜ਼ਿਆਦਾ ਇਫੈਕਟਿਵ ਹੋਏਗਾ ਆਪਸ 'ਚ ਗੱਲ ਕਰਨ। ਕੁੜੀ ਪਿਆਰ ਕਰਦੀ ਹੈ ਬੱਚੇ ਨਾਲ ਤੇ ਉਹ ਵੀ ਕਰਦਾ, ਸੋ ਦੇ ਇਜ਼ ਨੋ ਨੀਡ ਟੂ ਹੈਸੀਟੇਟ। ਮੈਂ ਜ਼ਰੂਰ ਵਿਆਹ ਕਰਨ, ਪਰ ਰਿਸਪੈਕਟਫੁਲੀ ਕਰਨ। ਉਹ ਨਹੀਂ ਹੈਗੇ ਭੈਣਾਂ ਭੈਣਾਂ ਆਪਸ 'ਚ ਗੱਲ ਕਰ ਸਕਦੀਆਂ ਨੇ, ਗੱਲ ਕਰਕੇ ਦਿਸ ਇਜ਼ ਅ ਸਿਚੁਏਸ਼ਨ ਹਾਊ ਟੂ ਬੈਸਟ ਹੈਂਡਲ ਦੈਟ ਸਿਚੁਏਸ਼ਨ। ਬੱਚੇ ਨੇ ਤੇ ਬੱਚਿਆਂ ਤੋਂ ਖੁਸ਼ ਕਰਨਾ ਉਹਨਾਂ ਨੇ, ਤੇ ਉਹਨਾਂ ਦੀ ਆਪਸ 'ਚ ਕੋਈ ਲੜਾਈ ਨਹੀਂ। ਫਾਦਰ ਫਾਦਰ ਦੀ ਸੀ ਨਾ, ਕੁੜੀ ਦਾ ਫਾਦਰ ਹੈ ਨਹੀਂ ਹੈ। ਸੋ ਮਦਰ ਕੈਨ ਟਾਕ ਟੂ ਹਰ ਸਿਸਟਰ। ਠੀਕ ਹੈ, ਬਹੁਤ ਵਧੀਆ। ਹਾਂਜੀ, ਥੈਂਕ ਯੂ ਸੋ ਮਚ। ਹਾਂ, ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਡੂ ਨਾਟ ਗੋ ਐਨੀਵੇਅਰ, ਲੈਟ ਮੀ ਕਮ ਬੈਕ ਫਾਸਟ। ਸਾਰਿਆਂ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਯੂ ਨੋ ਇੱਕ ਰੇਅਰ ਜੀ ਸਿਚੁਏਸ਼ਨ ਜਿਹੜੀ ਆ ਗਈ ਹੈ, ਪਰ ਪਤਾ ਮੈਨੂੰ, ਹਾਂ ਟੂ ਕਰੈਕਟ ਮਾਈ ਸੈਲਫ, ਰੇਅਰ ਵੀ ਨਹੀਂ ਹੈ, ਸਾਰੇ ਕਹਿ ਰਹੇ ਆ, ਆਮ ਹੁੰਦਾ ਆਇਆ ਹੁੰਦਾ ਹੈ। ਔਰ ਇਸ ਕੇਸ ਦੇ ਵਿੱਚ ਤਾਂ ਉਹ ਇਕੱਠੇ ਜੰਮੇ ਪੱਲੇ ਵੀ ਨਹੀਂ, ਲਾਈਕ ਯੂ ਨੋ ਦੇ ਹੈਵਨਟ ਪਲੇਡ ਟੂਗੈਦਰ, ਜਿਵੇਂ ਕਹਿੰਦੇ ਆ ਖੇਡ ਵੱਡੇ ਹੋਏ ਆ, ਉਹ ਵੀ ਨਹੀਂ ਹੈ ਕਿ ਹਾਂ ਇੱਕ ਭੈਣ ਭਰਾ ਦਾ ਦਿਮਾਗ ਦੇ ਵਿੱਚ ਹੋਏ। ਐਂਡ ਦੂਸਰੇ ਪਾਸੇ ਬਾਇਓਲੋਜੀਕਲੀ ਕੋਈ ਰਿਸ਼ਤਾ ਹੀ ਨਹੀਂ ਹੈ ਇਹਨਾਂ ਦੀ ਮਾਂ ਅਤੇ ਮੁੰਡੇ ਦੇ ਮਾਂ ਅਤੇ ਪਿਓ ਦੋਨੋਂ ਜਿਹੜੇ ਬਾਇਓਲੋਜੀਕਲ ਪੇਰੈਂਟਸ ਆ, ਉਹਨਾਂ ਦਾ ਕੋਈ ਕਨੈਕਸ਼ਨ ਨਹੀਂ ਹੈ, ਕੋਈ ਰਿਸ਼ਤਾ ਨਹੀਂ ਹੈ। ਸੋ ਬਹੁਤ ਈਜ਼ੀਲੀ ਦਿਸ ਕੈਨ, ਦਿਸ ਇਜ਼ ਪੋਸੀਬਲ ਲੀਗਲੀ, ਸੋਸ਼ਲੀ, ਪਰਸਨਲੀ। ਹੁਣ ਸਾਰਾ ਕੁਛ ਜਿਹੜਾ ਹੈਗਾ ਉਹਦੇ 'ਤੇ ਡਿਪੈਂਡ ਕਰਦਾ, ਵਿਚ ਇਜ਼ ਵੈਰੀ ਪਰਸਨਲ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਲੈਂਦੇ ਹੋ। ਸੋ ਉਹਦੇ ਜਵਾਬ ਆ ਰਹੇ। ਇਸ ਤੋਂ ਪਹਿਲੇ ਕਿ ਮੈਂ ਹੋਰ ਕਾਲਸ ਲਾਂ, ਮੈਂ ਜ਼ਰੂਰ ਦੱਸਾਂ ਕਿ ਅਸੀਂ ਵੈਨਸਡੇ ਨੂੰ ਬੜੀ ਵਾਰੀ ਗੈਸਟ ਲੈ ਕੇ ਆਉਂਦੇ ਹਾਂ, ਟੋਪਿਕਸ ਲੈ ਕੇ ਆਉਂਦੇ ਹਾਂ, ਐਂਡ ਵੀ ਵਾਂਟਡ ਕਿ ਹਾਂ ਅਸੀਂ ਕੁਛ ਫਨੀ ਵੀ ਕਰੀਏ। ਪਰ ਇੱਕ ਕਿਸੇ ਨੇ ਯਾਦ ਕਰਾਇਆ ਕਿ ਅਸੀਂ ਪਹਿਲੇ ਬਹੁਤ ਅੱਛੀਆਂ ਸੀਰੀਜ਼ ਵੀ ਕਰਦੇ ਹੁੰਦੇ ਸੀ, ਥੋੜ੍ਹੀ ਐਲੀਵੇਟਡ ਡਿਸਕਸ਼ਨਸ। ਸੋ ਉਹ ਕਹਿ ਰਹੇ ਹਾਂ ਕਿ ਹੋ ਚੁੱਕੀ ਹੈ ਉਹ ਡਿਸਕਸ਼ਨ ਪਹਿਲੇ, ਪਰ ਕਿਉਂਕਿ ਅਸੀਂ ਸਾਰੇ ਇਵੋਲਵ ਕਰ ਰਹੇ ਹਾਂ, ਸਾਰੇ ਗਰੋ ਕਰ ਰਹੇ ਹਾਂ, ਆਪਣੀ ਆਪਣੀ ਸੋਚ ਸਾਡੀ ਅੱਜ ਕੁਛ ਹੈ ਕੱਲ੍ਹ ਕੁਛ ਹੁੰਦੀ ਹੈ। ਸੋ ਇਸ ਪਿੱਛੇ ਹੋਮੇ ਦੇ ਬਾਰੇ ਰਿਕੁਐਸਟ ਆਈ ਹੋਈ ਹੈ ਕਿ ਹੋਮੇ ਔਰ ਸੈਲਫ ਰਿਸਪੈਕਟ ਦੇ ਵਿੱਚ ਕੀ ਫਰਕ ਹੈ, ਇਹ ਪਲੀਜ਼ ਤੁਸੀਂ ਹੋਮਵਰਕ ਕਰਕੇ ਆਉਣਾ। ਮੈਂ ਵੀ ਬਹੁਤ ਇੰਟਰਸਟਿਡ ਹਾਂ ਕਿ ਅਸੀਂ ਕਿੱਥੇ ਪਹੁੰਚੇ ਹਾਂ, ਅਸੀਂ ਇਹ ਡਿਸਕਸ਼ਨਸ ਪਹਿਲੇ ਵੀ ਕੀਤੀਆਂ। ਬਟ ਈਗੋ ਹੋਮੇ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਯੂ ਨੋ ਬਹੁਤਾ ਨਹੀਂ ਡੋਮੀਨੇਟ ਕਰਨਾ ਚਾਹੀਦਾ ਉਹਨੂੰ, ਦੂਜੇ ਪਾਸੇ ਕਹਿੰਦੇ ਹਾਂ ਸੈਲਫ ਰਿਸਪੈਕਟ ਜ਼ਰੂਰ ਹੋਣੀ ਚਾਹੀਦੀ ਹੈ, ਉਹਦੇ ਵਿੱਚ ਕੀ ਫਰਕ ਹੈ, ਕਿੱਥੇ ਲਾਈਨ ਹੈਗੀ ਹੈ ਡਰਾ ਕੀਤੀ ਹੋਈ। ਸੋ ਇਹਦੇ ਬਾਰੇ ਕੀ ਤੁਹਾਡੇ ਧਿਆਨ ਹੈ, ਕੀ ਤੁਸੀਂ ਰਿਸਰਚ ਕਰ ਸਕਦੇ ਹੋ, ਕੀ ਹੁਣ ਤੱਕ ਵੈਸੇ ਸੋਚਦੇ ਹੋ ਜਾਂ ਪਹਿਲੇ ਸੋਚਦੇ ਸੀ ਔਰ ਹੁਣ ਗਰੋ ਕਰਕੇ ਕੀ ਸੋਚ ਰਹੇ ਹੋ, ਜ਼ਰੂਰ ਆਪਣਾ ਯੂ ਨੋ ਸੋਚ ਕੇ ਰੱਖਿਓ। ਐਂਡ ਕੱਲ੍ਹ ਦੀ ਗੱਲ ਵਿੱਚ ਅਸੀਂ ਗੱਲ ਕਰਾਂਗੇ, ਵਾਪਸ ਆਉਂਦੇ ਹਾਂ ਅੱਜ ਦੀ ਡਿਸਕਸ਼ਨ 'ਚ। ਲੈਟ ਸੀ ਇਹ ਕੀ ਕਹਿ ਰਹੇ ਨੇ। ਹੈਲੋ ਹੈਲੋ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਸੁਰਜੀਤ ਜੀ, ਮੈਂ ਅੱਜ ਤੁਹਾਡਾ ਵਿਸ਼ਾ ਸੁਣਿਆ ਤੇ ਕਦੇ ਕਦੇ ਬੱਚੇ ਨਹੀਂ ਸੁਣਾ ਦਿੱਤਾ ਅਰਵਿੰਦ ਜੀ, ਤੇ ਸਰਜੀਤ ਆਂਟੀ ਤੁਹਾਨੂੰ ਅਰਬਾ ਕਰਵਾ ਪਿਆ, ਜਿਉਂਦੀ ਰਹਿ ਮੇਰੀ ਧੀ, ਤੇ ਤੂੰ ਸਾਨੂੰ ਇਹੋ ਜਿਹੇ ਮੁੱਦੇ ਦਿਖਾਉਂਦੀ ਰਹਿ, ਤੇ ਅਸੀਂ ਦੇਖ ਰਹੇ, ਅਸੀਂ ਸੁਝਾਅ ਦਿੰਦੇ ਰਹੀਏ। ਥੈਂਕ ਯੂ ਸੁਰਜੀਤ ਜੀ, ਵਾਹਿਗੁਰੂ ਤੁਹਾਨੂੰ ਬਹੁਤ ਸਿਹਤ ਬਖਸ਼ੇ ਔਰ ਇਸੇ ਤਰ੍ਹਾਂ ਸਾਡੇ ਨਾਲ ਤੁਸੀਂ ਜੁੜੇ ਰਹੋ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਸੁਰਜੀਤ ਜੀ, ਮੈਂ ਦੁਬਾਰਾ ਲਾਇਆ। ਮੈਂ ਹਾਂਜੀ ਹਾਂਜੀ ਦੱਸ ਰਹਿ ਗਈ ਸੀ, ਹਾਂਜੀ, ਵੀ ਜੇ ਕੁੜੀ ਦਾ ਮਾਮਾ ਹੈਗਾ, ਹਾਂਜੀ, ਤੇ ਮਾਮਾ ਦੋਨਾਂ ਭੈਣ ਦੋਨਾਂ ਦਾ ਭਰਾ ਹੈ ਜੀ, ਉਹ ਤਾਂ ਬੋਲਦਾ ਹੀ ਹੋਊ ਦੋਨਾਂ ਨਾਲ, ਉਹਨੂੰ ਪਾਉਣ ਵਿੱਚ ਤੇ ਮਾਸੀ ਨਾਲ ਗੱਲ ਕਰਨ ਉਸ ਨਾਲ ਵੀ ਤੂੰ ਰਾਜੀ ਹੈ, ਜੇ ਤੂੰ ਰਾਜੀ ਆ ਤੇ ਕੁੜੀ ਤਾਂ ਆ ਜੇ ਤੇਰੇ ਘਰੇ ਵਿਆਹੀ, ਤੇ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ। ਜੇ ਉਹਨੇ ਕਿਹਾ ਮੈਨੂੰ ਕੋਈ ਨੀ, ਜਿਹੜਾ ਮਤੇਰ ਮੁੰਡਾ ਹੁੰਦਾ ਜਾਂ ਮਤੇਰ ਮਾਂ ਹੁੰਦੀ, ਉਹਨਾਂ ਦਾ ਲੈਣਾ ਦੇਣਾ ਕੁਛ ਨੀ ਹੁੰਦਾ ਗਾ। ਠੀਕ ਹੈ ਨਸੀਬ ਜੀ, ਮੈਨੂੰ ਪਤਾ ਨੀ ਕਿ ਭਰਾ ਹੈਗਾ ਕਿ ਨਹੀਂ ਹੈਗਾ, ਕੀ ਹੈਗਾ। ਸੋ ਇਹ ਵੀ ਇੱਕ ਹੋਰ ਰਿਸ਼ਤੇਦਾਰ ਹੁੰਦਾ ਨਾ, ਉਹਨੂੰ ਵਿੱਚ ਪਾ ਦੇਣ, ਮਾਸੀ ਨਾਲ ਗੱਲ ਕਰ ਲੈਣ, ਮੁੰਡਾ ਆਪਦੀ ਮਾਂ ਨਾਲ ਕਰ ਲੇ ਮਤੇਰ ਨਾਲ, ਕੀ ਪਤਾ ਮੁੰਡਾ ਮਾਂ ਨੂੰ ਬੁਲਾਉਂਦਾ ਜਾਂ ਮਾਂ ਉਹ ਬੁਲਾਉਂਦੀ ਨੀਗੀ, ਫਿਰ ਤਾਂ ਗੱਲ ਆਪੇ ਸੂਤ ਆ ਜਾਣੀ ਹੈ। ਪਰ ਇੱਕ ਜਾਣੇ ਨੂੰ ਪੁੱਛੋ, ਰਿਸ਼ਤੇਦਾਰ ਨੂੰ ਪਤਾ ਕਰਕੇ ਮਾਸੀ ਦੇ ਘਰੇ ਘੱਲਣ ਵੀ ਭਾਈ ਆਏ ਗੱਲ ਆ ਜੇ ਵੀ ਹੋ ਸਕਦੀ ਹੈ ਕਿ ਨਹੀਂ, ਤੇ ਮੁੰਡੇ ਬਾਰੇ ਉਹ ਸਾਰਾ ਕੁਝ ਜਾਣਦੀ ਹੈ ਮਾਸੀ, ਠੀਕ ਹੈ, ਦੱਸੂਗੀ ਮੁੰਡੇ 'ਚ ਕੋਈ ਆਇਆ ਵਾ ਜਾਂ ਮੁੰਡਾ ਸਹੀ ਆ ਜਾਂ ਗਲਤ ਆ, ਜਾਂ ਜੇ ਉਹਨੂੰ ਮਾਸੀ ਨਾਲ ਕਿਹੜਾ ਰਾਇ ਕਰੋ।
हाँ नहीं ठीक है, दैट्स अ गुड आइडिया, मासी गलत राय नहीं देगी। हाँ मासी हाँ। कहे मेरा मैं भी कुड़ी दा ते मुंडे दा प्यार होया, कई बार वो दसूगी भाई वो तो अड ता रहंदा है, ये आ गल तो मैं रोकदी सी, आ गल मुंडे च कमी आ, जां मुंडे दा किते मंगणा होया जां किसे होर कुड़ी नु प्यार करदा, मासी खुल के गल दस दूगी। ठीक है ठीक है, खुद कुड़ी मासी दे कोले जाके सौरी कह दे, मासी तू ते मां नहीं भुगलदगा, मैं आ गल हो गई साडी ते तू मैनू सही रास्ते पा दे। ठीक है बहुत वधिया नसीब जी, हां जरूर मासी नु मिलना ते मासी सारे कुंडे खोल दूगी। फिर रस्ता हो भी जाओ, जे उन्हें कबीला मैं सुखी हां, एदा प्यो चंगा सी ते मुंडा भी चंगा है ते तू करा ला। ठीक है बहुत वधिया, थैंक यू सो मच नसीब जी। हां ये भी अच्छा पॉइंट है कि यू नो कोई भी वैसे ते किसी कुड़ी नु मैनु लगदा है कि यू नो गलत राह नहीं पाणा, आई मीन वी आर होपिंग कि ना पाए, पर जदों अपना पुत्तर दा मोह हुंदा है ते ओ परदे टक्कण नू तैयार हो जांदे आ बड़ी दुनिया। पर हाँ दिस इज़ अ गुड आइडिया कि वो एक कॉन्फ्लिक्ट होएगी कि मैं अपनी ही नीस नू गलत राय ना दा। लेट्स सी एना नू की कहने आ। हेलो हेलो भैन जी। हाँ जी सर, दोबारा इस करके कीता सी। हाँ जी दसो भी ये अपना जेड़ी कुड़ी दी मां है ना, ये आपदी भैन नाल गल करे। ठीक है, फिर आ जिवें अगे भी भैन ने भी दस्या ये फिर बहुत ही ਮਤਲਬ ਵਧੀਆ ਗੱਲ ਹੈ। ਠੀਕ ਹਾਂ ਜੀ ਹਾਂ ਜੀ, ਸੋ ਭੈਣਾ ਆਪਸ ਗੱਲ ਕਰ ਲੈਣ। ਹਾਂ ਆਪਸ ਵਿੱਚ ਗੱਲ ਕਰ ਲੈਣ ਤੇ ਫਿਰ ਸਾਰਿਆਂ ਨਾਲ ਵਧੀਆ ਗੱਲ ਆ। ਤੁਹਾਡੇ ਸਾਹਿਬ ਨਾਲ ਤੇ ਪਹਿਲੇ ਤੁਸੀਂ ਇਹੀ ਕਿਹਾ ਸੀ ਕਿ ਕੋਈ ਇਤਰਾਜ਼ ਨਹੀਂ ਹੈਗਾ, ਹੋ ਜਾਣਾ ਚਾਹੀਦਾ। ਹਾਂ ਜੀ ਹਾਂ ਜੀ, ਨਹੀਂ ਉਹ ਗੱਲ ਇਸ ਤਰ੍ਹਾਂ ਨਾ ਵੀ ਇਹ ਆਪਸ ਵਿੱਚ ਗੁੱਸੇ ਰਾਜੀ ਹੋਈਆਂ ਕਰਕੇ ਤੇ ਮਾੜਾ ਚਲ ਜੋ ਕੋਈ ਗੱਲ ਕਰ ਲੈਣ ਤੇ ਨਾਲੇ ਮੁੰਡੇ ਬਾਰੇ ਵੀ ਸਾਰੀ ਗੱਲ ਦਾ ਪਤਾ ਲੱਗ ਜੂ, ਮੁੰਡਾ ਠੀਕ ਆ ਜਾਂ ਨਹੀਂ ਠੀਕ, ਜਾਂ ਨਾਲੇ ਹੁਣ ਫਿਰ ਗਾਹ ਨਵੀਂ ਰਿਸ਼ਤੇਦਾਰੀ ਬਣ ਜਾਣੀ ਹੈ ਨਾ, ਜੇ ਹੁਣ ਰਿਸ਼ਤਾ ਹੋ ਜਾਂਦਾ ਕੁੜੀ ਦਾ ਤੇ ਫਿਰ ਇਹਨਾਂ ਭੈਣਾਂ ਨੂੰ ਲਾਗੇ ਆਉਣਾ ਹੀ ਪੈਣਾ ਹੈ। ਠੀਕ ਹੈ ਠੀਕ ਹੈ, ਹਾਂਜੀ ਬਹੁਤ ਵਧੀਆ ਬਹੁਤ ਵਧੀਆ ਬਲਦੇਵ ਜੀ, ਬਿਲਕੁਲ ਉਹੀ ਕਿ ਮੈਲਟ ਅਵੇ ਹੋ ਜਾਏਗਾ ਆਪਸ ਵਿੱਚ ਗੱਲ ਕਰਨਗੀਆਂ ਤੇ ਯੂ ਨੋ ਜਿਹੜਾ ਗੁੱਸਾ ਇੰਨੇ ਸਾਲਾਂ ਦਾ ਕਿਤੇ ਨਾ ਕਿਤੇ ਜ਼ਰੂਰ ਇੱਕ ਕਸਕ ਰਹਿੰਦੀ ਹੈ ਕਿ ਹਾਂ ਭੈਣ ਨਾਲ ਗੱਲ ਹੋਏ, ਸੋ ਉਹ ਮੈਲਟ ਅਵੇ ਹੋ ਜਾਏਗੀ। ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ ਹੈਲੋ, ਹਾਂਜੀ ਰਵਿੰਦਰ ਜੀ। ਸੁਰਿੰਦਰ ਜੀ, ਹਾਂਜੀ ਸੁਰਿੰਦਰ ਜੀ। ਹਾਂਜੀ, ਮੈਂ ਆਖਿਆ ਕਈ ਵਾਰੀ ਕੋਈ ਜਿਹੜੇ ਨੇੜੇ ਹੁੰਦੇ ਆ ਨਾ ਜ਼ਿਆਦਾ ਰਿਸ਼ਤਿਆਂ ਵਿੱਚ ਇਹੋ ਜਿਹਿਆਂ ਵਿੱਚ ਖੁਸ਼ ਵੀ ਨਹੀਂ ਹੁੰਦੇ ਗੇ। ਅੱਛਾ, ਤੰਗ ਅੜਾਉਣ ਵਾਲੇ ਵੀ ਹੁੰਦੇ ਆ ਵੀ ਆਪਾਂ ਨਾ ਕਿ ਰੋਸਾ ਰੋਸਾ ਦਿਖਾਉਣ ਵਾਲੇ, ਪੁਰਾਣੀਆਂ ਗੱਲਾਂ ਕੱਢਣ ਵਾਲੇ ਹੈ ਜੀ, ਤੇ ਨੰਨਾ ਪਾਉਣ ਵਾਲੇ ਵੀ ਹੁੰਦੇ ਆ, ਪਰ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਜਿਵੇਂ ਉਹਨੇ ਬਣਾਇਆ ਰਿਸ਼ਤਾ ਤੇ ਉਵੇਂ ਹੀ ਉਹ ਚੱਲ ਪੈਂਦਾ ਹੈਗਾ, ਪਿੱਛੋਂ ਆਪੇ ਸਾਰੇ ਠੀਕ ਹੋ ਜਾਂਦੇ ਆ। ਕੁਛ ਨਾ ਕੁਛ ਤੇ ਸਹਿਣਾ ਹੀ ਪੈਂਦਾ ਪਤਾ, ਰਿਸ਼ਤੇ ਜਦੋਂ ਇਸ ਤਰ੍ਹਾਂ ਉਹਦੇ ਵਿੱਚ ਹੁੰਦੇ ਆ, ਕੋਈ ਭਾਨੀ ਮਾਰਨ ਵਾਲੇ ਵੀ ਹੁੰਦੇ ਆ। ਠੀਕ ਹੈ ਸੁਰਿੰਦਰ ਜੀ, ਬਹੁਤ ਵਧੀਆ। ਸੋ ਹਾਂਜੀ, ਉਹ ਤੇ ਨਾਲ ਚੱਲਣਾ ਹੀ ਆ, ਕਈ ਵਾਰੀ ਮਾਂ ਨੀ ਖੁਸ਼ ਹੋਊਗੀ, ਮਾਸੀ ਨੀ ਖੁਸ਼ ਹੋਊਗੀ, ਪਰ ਰਿਸ਼ਤਾ ਤੇ ਪਰਮਾਤਮਾ ਨੇ ਜੋੜਿਆ ਜੋੜਦਾ ਹੈਗਾ ਤੇ ਉਸੇ ਨੇ ਹੀ ਅੱਗੇ ਚਲਾਉਣਾ ਹੈ। ਬਹੁਤ ਵਧੀਆ, ਥੈਂਕ ਯੂ। ਨਹੀਂ ਅੜਿੱਕੇ ਤਾਂ ਆਉਂਦੇ ਹੀ ਆ, ਲਹਿਰਾਂ ਤੇ ਇਹਨੇ ਤਾਂ ਆਉਣਾ ਹੀ ਆ, ਟਕਰਾਉਣੀਆਂ ਹੀ ਆ। ਠੀਕ ਹੈ ਠੀਕ, ਜਦੋਂ ਜੇ ਦੋਨੇ ਜਣੇ ਉਹ ਠੀਕ ਹੋਣਗੇ ਕੋਈ ਵੀ ਦੁਨੀਆਂ ਦੀ ਤਾਕਤ ਨਹੀਂ ਬਦਲ ਸਕਦੀ ਜੀ। ਬਹੁਤ ਵਧੀਆ, ਥੈਂਕ ਯੂ ਸੋ ਮਚ। ਸੋ ਇੱਕ ਯੂ ਨੋ ਬੜੀ ਵੱਡੀ ਹੋਪ ਹੈ ਕਿ ਠੀਕ ਹੈ ਸਾਰਾ ਇਹ ਜਿਹੜਾ ਸੋਸ਼ਲ ਪੁਆਇੰਟ ਆਫ ਵਿਊ ਸਾਰਾ ਤੁਸੀਂ ਲੈਣਾ ਹੈ, ਇੱਕ ਫੈਮਿਲੀ ਦੇ ਵੀ ਜਾ ਕੇ ਤੁਸੀਂ ਜੋ ਵੀ ਤੁਹਾਨੂੰ ਬੈਸਟ ਲੱਗਦਾ ਕਿ ਮੁੰਡਾ ਆਪਣੇ ਪੇਰੈਂਟਸ ਨਾਲ ਗੱਲ ਕਰੇ, ਤੁਸੀਂ ਮਾਸੀ ਨਾਲ ਗੱਲ ਕਰੋ ਜਾਂ ਤੁਹਾਡੀ ਮਦਰ ਆਪਣੀ ਯੂ ਨੋ ਸਿਸਟਰ ਨਾਲ ਗੱਲ ਕਰੇ, ਮਾਸੀ ਆਪਸ 'ਚ ਭੈਣਾਂ ਗੱਲ ਕਰ ਲੈਣ, ਜੋ ਬੈਸਟ ਲੱਗਦਾ ਉਹ ਜ਼ਰੂਰ ਕਰੋ। ਬਟ ਉਹੀ ਸੁਰਿੰਦਰ ਜੀ ਵਾਲੀ ਗੱਲ ਕਿ ਅਲਟੀਮੇਟਲੀ ਜੋ ਇਸ ਵਿੱਚ ਕੋਈ ਰੋਕ ਨਹੀਂ ਹੈਗੀ, ਤੁਸੀਂ ਯੂ ਨੋ ਬਿਲਕੁਲ ਬੇਝਿਜਕ ਹੋ ਕੇ ਇਸ ਰਿਸ਼ਤੇ ਨੂੰ ਸਿਰੇ ਚਾੜ ਸਕਦੇ ਹੋ। ਬਾਕੀ ਹਰ ਚੀਜ਼ ਇਹ ਕੌਣ ਕਰਾਂਗੇ ਤੇ ਸ਼ਾਇਦ ਬੜੇ ਸਾਰੇ ਰਿਸ਼ਤੇ ਹੋ ਹੀ ਨਾ ਸਕਣ, ਉਹ ਵੀ ਗੱਲ ਸਹੀ ਹੈ। ਸੋ ਗੋ ਹੈਡ, ਦੇਰ ਇਜ਼ ਅ ਸਾਡੇ ਗੱਲਬਾਤ ਦੇ ਪਰਿਵਾਰ ਨੇ ਤੁਹਾਨੂੰ ਟੋਟਲ ਗ੍ਰੀਨ ਸਿਗਨਲ ਦਿੱਤਾ ਹੈ, ਕਿਉਂਕਿ ਦੇਰ ਇਜ਼ ਨੋ ਰੀਜ਼ਨ ਕਿ ਜਿਹਦੇ 'ਚ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ 3 ਦਿਨ ਤੋਂ ਰੋਟੀ ਨਹੀਂ ਖਾ ਪਾ ਰਹੀ, ਆਈ ਐਮ ਹਾਰਟ ਬ੍ਰੋਕਨ, ਐਸਾ ਕੁਛ ਨਹੀਂ ਹੋਇਆ। ਇੱਕ ਫੈਕਟ ਜ਼ਰੂਰ ਪਤਾ ਲੱਗਿਆ ਜਿਹੜਾ ਕਿ ਸ਼ਾਇਦ ਤੁਹਾਨੂੰ ਯੂ ਨੋ ਸ਼ੌਕ ਸੀਗਾ, ਨਹੀਂ ਪਤਾ ਸੀ, ਦੈਟਸ ਅ ਫੈਕਟ, ਬਟ ਅਦਰਵਾਈਜ਼ ਅਦਰ ਦੈਨ ਦੈਟ ਦੇਰ ਇਜ਼ ਨਥਿੰਗ ਰੋਂਗ, ਅੰਡਰ ਅਨਲੈਸ ਕਿ ਪਰਸਨਲੀ ਤੁਸੀਂ ਹੁਣ ਉਹਨੂੰ ਭਰਾ ਵਾਕਣ ਦੇਖਣ ਲੱਗ ਗਏ, ਦੈਟਸ ਡਿਫਰੈਂਟ, ਉਹ ਕੌਨਫਲਿਕਟ ਵਿੱਚ ਨਾ ਰਹੋ, ਕਿਉਂਕਿ ਐਸਾ ਕੁਛ ਨਹੀਂ ਹੈ, ਉਹ ਤੁਹਾਡਾ ਭਰਾ ਨਹੀਂ ਹੈ। ਸੋ ਯੂ ਕੈਨ ਡੈਫੀਨੇਟਲੀ ਗੋ ਹੈਡ ਵਿਦ ਦਿਸ ਰਿਲੇਸ਼ਨਸ਼ਿਪ। ਐਂਡ ਅਗੇਨ ਮੈਂ ਯਾਦ ਕਰਾ ਦਿੰਦੀ ਹਾਂ ਕਿ ਕੱਲ੍ਹ ਹੋਮੇ ਐਜ਼ ਐਨ ਈਗੋ ਔਰ ਸੈਲਫ ਰਿਸਪੈਕਟ ਦੇ ਵਿੱਚ ਅੰਤਰ ਕੀ ਹੈ, ਕੀ ਡਿਫਰੈਂਸ ਹੈ, ਕੀ ਤੁਹਾਡਾ ਕਹਿਣਾ ਉਹਦੇ ਬਾਰੇ, ਜ਼ਰੂਰ ਕਾਲ ਕਰਿਓ, ਜ਼ਰੂਰ
ਯੂ ਨੋ ਪਹਿਲੇ ਸੋਚ ਕੇ ਰੱਖ ਲਓ, ਪਰਿਵਾਰ 'ਚ ਡਿਸਕਸ਼ਨ ਕਰ ਲਓ, ਰਿਸਰਚ ਕਰ ਲਓ, ਜੋ ਵੀ ਤੁਸੀਂ ਕਹਿੰਦੇ ਹੋ ਆਪਣਾ ਬਰੀਫਲੀ ਆਨਸਰ ਤਿਆਰ ਕਰਕੇ ਰੱਖਿਓ। ਸਾਰੇ ਇੰਜੀ ਸਾਰੇ ਕਾਲ ਕਰਿਓ ਜੋ ਤੁਹਾਨੂੰ ਸਮਝ ਆਉਂਦੀ ਹੈ, ਅਤੇ ਜ਼ਰੂਰ ਕਾਲ ਕਰਿਓ ਕੱਲ੍ਹ ਇਸੇ ਟਾਈਮ 'ਤੇ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।